ਲੁਧਿਆਣਾ ਆਈਏ ਤਾਂ ਲਾਡੋਵਾਲ ਟੋਲ ਪਲਾਜ਼ਾ ਅਕਸਰ ਚਰਚਾਵਾਂ ਦੇ ਵਿੱਚ ਰਹਿੰਦਾ ਹੈ। ਬਹੁਤ ਸਾਰੇ ਧਰਨਿਆਂ ਦੇ ਲਈ ਇਹ ਚਰਚਾਵਾਂ ਦੇ ਵਿੱਚ ਰਹਿੰਦਾ ਅਤੇ ਉਸਦੇ ਨਾਲ ਹੀ ਆਪਣੇ ਵੱਧ ਰੇਟਾਂ ਕਰਕੇ ਵੀ ਇਸ ਟੋਲ ਪਲਾਜ਼ੇ ਦੀਆਂ ਚਰਚਾਵਾਂ ਬਣੀਆਂ ਹੋਈਆਂ ਸੀ, ਜਿਸ ਦੇ ਚੱਲਦਿਆਂ ਕਿਸਾਨ ਯੂਨੀਅਨਾਂ ਦੇ ਵੱਲੋਂ ਇਸ ਟੋਲ ਪਲਾਜ਼ੇ ਨੂੰ ਬੰਦ ਕਰ ਦਿੱਤਾ ਗਿਆ। ਜਦੋਂ ਸਿਰ ਤੋਂ ਪਾਣੀ ਲੰਘ ਜਾਂਦਾ ਆ ਉਦੋਂ ਹੀ ਉੱਠਣਾ ਪੈਂਦਾ ਆ, ਫਿਰ ਸੂਰਮੇ ਉੱਠਦੇ ਆ। ਲੇਕਿਨ ਸਾਡੇ ਤੋਂ ਰੋਜ਼ ਦੀ ਰੋਜ਼ ਰੋਜ਼ ਦੀ ਰੋਜ਼ ਟੈਕਸ ਵਧਾ ਕੇ ਟੋਲ ਪਲਾਜ਼ਾ ਵਧਾ ਕੇ ਸਾਡੇ 'ਤੇ ਨਵੀਂ ਤਲਵਾਰ ਲਟਕਾਈ ਜਾਂਦੇ। ਇੱਕ ਵਾਰੀ ਮਤਲਬ ਕਿ ਫਲੋਰ ਤੋਂ ਗੱਡੀ ਜਾਂਦੀ ਆ, ਲੁਧਿਆਣੇ ਮੁੜ ਕੇ ਆਉਂਦੀ ਆ, ਉਹ 150 ਦਾ ਪੈਟਰੋਲ ਨਹੀਂ ਖਾਂਦੀ ਅਤੇ 400 ਰੁਪਈਆ ਇਹ ਟੋਲ ਵਾਲੇ ਲੈ ਲੈਂਦੇ ਆ। 345 ਰੁਪਏ ਵੀ ਦੇ ਕੇ ਜਾਂਦੇ ਨੇ ਦੂਜੀਆਂ ਗੱਡੀਆਂ। 345 ਰੁਪਏ ਜੀ, ਤੁਸੀਂ ਲਿਸਟਾਂ ਪੜ੍ਹ ਲਓ, ਆ ਕਿਸੇ ਦੀ 1345 ਆ, ਕਿਸੇ ਦੀ 2345 ਆ, ਆ ਦੇਖ ਲਓ ਲਿਸਟਾਂ ਪੜ੍ਹ ਕੇ ਇਹਨਾਂ ਦਾ। ਉਹ ਯਾਰ ਲੁੱਟ ਪਾਈ ਪਈ ਆ ਇਹਨਾਂ ਨੇ, ਮਤਲਬ ਕਿ ਕੱਪੜੇ ਲਾਉਣ ਤੱਕ ਫਿਰਦੇ ਆ। ਇੱਕ ਟੋਲ ਬਾਜ਼ਾਰ ਆਹ ਲੱਗ ਗਿਆ, ਆ 3 ਕਿਲੋਮੀਟਰ ਦੇ ਇੱਕ ਟੋਲ ਬਾਜ਼ਾਰ ਹੋਰ ਲਾਤਾ, 3 ਕਿਲੋਮੀਟਰ ਤੋਂ ਇੱਕ ਹੋਰ ਮੀਟਰ ਦੇ ਇੱਕ ਹੋਰ ਲਾਤਾ। ਜਦੋਂ ਇੱਥੋਂ ਲਾ ਕੇ ਅਸੀਂ ਘੁੰਮ ਕੇ ਚੜ੍ਹ ਕੇ ਉੱਥੇ ਜਾਂਦੇ ਹਾਂ, ਇਸ 'ਚ ਪਰਚੀ ਇੱਥੇ ਦਿੰਦੇ ਹਾਂ, ਇੱਕ ਪਰਚੀ ਅਸੀਂ ਉੱਥੇ ਦਿੰਦੇ ਹਾਂ। ਉਹਨਾਂ ਦੀ ਕਿੰਨੀ ਪਰਚੀ ਹੈ ਜੀ? ਉਹਨਾਂ 60-70 ਰੁਪਏ ਪਰਚੀ ਉਹਨਾਂ ਦੀ ਆ। ਪਰ ਉਹ ਕਹਿਣਗੇ ਵੀ ਅਸੀਂ ਤੁਹਾਨੂੰ ਸਹੂਲਤਾਂ ਵੀ ਤਾਂ ਦਿੰਦੇ ਹਾਂ, ਰਾਹ ਵਿੱਚ ਤੁਹਾਡੀ ਕੋਈ ਗੱਡੀ ਖਰਾਬ ਹੋਵੇ ਅਸੀਂ ਟੋ ਕਰਦੇ ਹਾਂ, ਸਾਡੀਆਂ ਪੈਟਰੋਲਿੰਗ ਗੱਡੀਆਂ ਘੁੰਮਦੀਆਂ, ਇੱਥੇ ਵਾਸ਼ਰੂਮ ਦੀ ਸੁਵਿਧਾ, ਐਂਬੂਲੈਂਸ ਦੀ ਸੁਵਿਧਾ। ਜਿਹੜੀ ਸੜਕ ਤੁਸੀਂ ਜਾ ਕੇ ਹੁਣ ਪਿੱਛੇ ਜਾ ਕੇ ਦੇਖ ਲਓ, ਪੁਲ ਦੇ ਉੱਤੇ ਖੜ੍ਹ ਜਾਓ, ਪੁਲ ਐਜਾ ਐਦਾਂ ਕਮਰਾ ਆ, ਇਸ ਟਾਈਮ ਵੀ ਡਿੱਗ ਸਕਦਾ ਆ। ਤੁਸੀਂ ਆਹ ਦਿਖਾ ਦਿਓ ਕੈਮਰੇ ਵਾਲੇ ਨੂੰ, ਸਹੂਲਤਾਂ ਸਾਨੂੰ ਵੀ ਦੇਣੀਆਂ, ਇਹਨਾਂ ਦੇ ਆਪਣੇ ਕੋਲ ਦਾ ਕੀ ਹਾਲ ਆ, ਇਹ ਦਿਖਾ ਦਿਓ ਕੈਮਰੇ ਵਾਲੇ ਕੋਲ, ਦਿਖਾ ਲਓ ਵੀ ਆਹ ਜਿਹੜੇ ਸਾਨੂੰ ਸਹੂਲਤਾਂ ਕੀ ਦੇਣੀਆਂ, ਇਹਨਾਂ ਦੇ ਆਪਣੇ ਘਰ ਦੇ ਵਿੱਚ ਉੱਜੜਿਆ ਪਿਆ ਸਾਰਾ ਕੁਛ। ਆ ਚੱਲ ਪੰਜਾਬ ਵਾਲੇ ਤਾਂ ਸਾਨੂੰ ਅੱਤਵਾਦੀ ਨਹੀਂ ਕਰਦੇ, ਸੈਂਟਰ ਵਾਲੇ ਤਾਂ ਇਹ ਕਹਿੰਦੇ ਜੀ ਖਾਲਿਸਤਾਨੀ ਨੇ ਅੱਤਵਾਦੀ ਨੇ, ਹੁਣ ਬੈਠੇ ਨੇ ਅੱਤਵਾਦੀ। ਅੱਤਵਾਦੀਆਂ ਨੇ ਜਿਹੜਾ ਇੱਥੇ ਲੰਗਰ ਲਾਇਆ ਹੋਇਆ, ਛਬੀਲ ਲਾਈ ਹੋਈ ਆ ਅਤੇ ਜਨਤਾ ਨੂੰ ਕਹਿ ਰਹੇ ਆ ਫਰੀ ਲੰਘੋ, ਅਤੇ ਆ ਬੈਠੇ ਨੇ ਨਾਲ ਰਾਸ਼ਟਰਵਾਦੀ। ਰਾਸ਼ਟਰਵਾਦੀ ਜਿਹੜੇ ਆ ਇੱਥੇ ਜਿਹੜੀ ਗੱਡੀ ਲੰਘਦੀ ਆ ਉਹਨੂੰ ਕਹਿੰਦੇ 220 ਰੁਪਏ ਦੇ, ਜੇ ਨਹੀਂ ਫਾਸਟ ਟੈਗ ਲੱਗਿਆ ਕਹਿੰਦੇ 440 ਰੱਖ, ਜੇ ਦੁਬਾਰਾ ਫੇਰ ਆ ਗਿਆ ਕਹਿੰਦੇ 440, ਹੁਣ ਫੇਰ ਰੱਖ 880 ਰੁਪਏ। ਜਿਹੜਾ ਨਹੀਂ ਦਿੰਦਾ ਫਿਰ ਟਰਾਂਚ ਦੇ ਵਿੱਚ ਇਹਨਾਂ ਨੇ ਗੰਡਾਸੀਆਂ ਰੱਖੀਆਂ ਹੋਈਆਂ, ਲਾਠੀਆਂ ਰੱਖੀਆਂ ਹੋਈਆਂ, ਕਿਰਪਾਨਾਂ ਰੱਖੀਆਂ ਹੋਈਆਂ ਨੇ, ਕੱਲ੍ਹ ਇੱਥੋਂ ਕੱਢੀਆਂ ਮੀਡੀਆ ਦੇ ਸਾਹਮਣੇ। ਜਿਹੜਾ ਨਹੀਂ ਦਿੰਦਾ ਉਹਦੇ 'ਤੇ ਸ਼ੀਸ਼ੇ ਭੰਨ ਦਿੰਦੇ ਨੇ, ਸਿਰ ਪਾੜ ਦਿੰਦੇ ਨੇ। ਉਹ ਵੀ ਉੱਥੇ ਹਰਿਆਣੇ ਵਾਲੇ ਟੋਲ ਪਲਾਜ਼ੇ 'ਤੇ ਬਾਹਰਲੀਆਂ ਸਟੇਟਾਂ ਵਾਲੇ ਰੱਖੇ ਹੋਏ ਨੇ ਕੁੱਟਣ ਨੂੰ ਪੰਜਾਬੀਆਂ ਨੂੰ। ਪੰਜਾਬੀਆਂ ਨੂੰ ਇਸ ਕਰਕੇ ਨਹੀਂ ਰੱਖਦੇ ਵੀ ਇਹਨਾਂ ਨੇ ਪੰਜਾਬੀਆਂ ਨਾਲ ਲਿਹਾਜ਼ ਕਰਨਾ। ਇਹ ਵਜ੍ਹਾ ਤੁਹਾਨੂੰ ਜਾਇਜ਼ ਵੀ ਲੱਗਦੀ ਜਿਹੜੀ ਤੁਸੀਂ ਸਾਰਾ ਕੁਝ ਕਰ ਰਹੇ ਹੋ, ਕਿਉਂਕਿ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਵੀ ਇਹ ਵਜ੍ਹਾ ਨਹੀਂ ਦੇਖਦੇ, ਬਸ ਜਗ੍ਹਾ ਦੇਖਦੇ ਆ ਜੀ, ਬਹਿੰਦੇ ਤੱਪੜ ਵਿਛਾ ਕੇ ਬਹਿ ਜਾਂਦੇ ਆ। ਉਹ ਤਾਂ ਢੋਲਕੀ ਇੱਕ ਜਿਹਦਾ ਡਮਰੂ ਆ, ਭਗਵੰਤ ਮਾਨ ਜਿਹੜਾ ਡਮਰੂ ਆ ਉਹ ਕਹਿੰਦਾ ਕੁਛ ਹੈ ਕਰਦਾ ਕੁਛ ਹੈ, ਤਾਂ ਮੋਦੀ ਵੀ ਇਹ ਚੀਜ਼ ਆ, ਉਹ ਵੀ ਉਹਦੀ ਕਹਿਣੀ ਕਰਨੀ 'ਚ ਬਹੁਤ ਫਰਕ ਆ, ਪਰ ਇਹ ਤਾਂ ਭਾਂਡਿਆ ਨਾ। ਉਹ ਕਹਿੰਦੇ ਮੈਂ ਤਾਂ ਕਿਸਾਨ ਆ, ਮੈਂ ਸਾਰਾ ਕੁਝ ਕੀਤਾ ਹੋਇਆ ਅਤੇ ਇਸ ਕਰਕੇ ਮੈਨੂੰ ਖੇਤੀ 'ਤੇ ਤਜਰਬੇ ਆ। ਤੁਹਾਨੂੰ ਲੱਗਦਾ ਕਿਸਾਨ ਦਾ ਪੁੱਤ ਆ? ਤੁਹਾਨੂੰ ਲੱਗਦਾ ਜਿਹੜੇ ਹਿਸਾਬ ਨਾਲ ਭੰਡ ਪ੍ਰਚਾਰ ਕਰਦਾ, ਜਿਸ ਹਿਸਾਬ ਨਾਲ ਉਹ ਕਿਸੇ ਕਿਸਾਨ ਨੂੰ ਇੱਦਾਂ ਦੀਆਂ ਉਲਟੀਆਂ ਸਿੱਧੀਆਂ ਗੱਲਾਂ ਆਉਂਦੀਆਂ ਆ, ਮੇਰੇ ਤਰ੍ਹਾਂ ਤਾਂ ਨਹੀਂ ਆਉਂਦੀਆਂ ਹੋਣਗੀਆਂ। ਸੜਕਾਂ ਜ਼ਿਆਦਾ ਮਲਾਈ ਵਰਗੀਆਂ ਹੋਣਗੀਆਂ ਜੀ, ਜਿਹਦੇ ਪੈਸੇ ਵੱਧ ਰੱਖੇ ਹੋਏ ਆ, ਸੜਕਾਂ 'ਤੇ ਜਾ ਕੇ ਕੋਈ ਸਵਾਦ ਵੱਖਰਾ ਤਾਂ ਨਹੀਂ ਆਉਂਦਾ ਵੀ 440 ਰੁਪਏ ਦਾ ਮੁੱਲ ਪੂਰਾ ਉਸ ਹਿਸਾਬ ਨਾਲ ਹੁੰਦਾ ਹੋਵੇ। ਉਹ ਬਿਜਲੀ ਦੇ ਕਿਤੇ ਤਾਰ ਦੇ ਉੱਤੇ ਜਾਨਵਰ ਬਹਿ ਜਾਂਦੇ ਨੇ, ਬੈਠ ਕਰ ਦਿੰਦੇ ਨੇ, ਉਹ ਥੱਲੇ ਦਰਖਤ ਜੰਮ ਪੌਦਾ ਉੱਗ ਜਾਂਦਾ ਵਾ, ਉਹ ਹੌਲੀ ਹੌਲੀ ਮੀਂਹਾਂ ਦੇ ਪਾਣੀ ਪੂਣੀ ਦੇ ਨਾਲ ਗਲ ਸੜ ਕੇ ਵਿਚਾਰਾ ਉਹ, ਜਾਂ ਜ਼ਿਮੀਂਦਾਰਾਂ ਦੇ ਖੇਤਾਂ ਦੇ ਵਿੱਚੋਂ ਪਾਣੀ ਜਿਹੜਾ ਸਾਈਡਾਂ ਤੋਂ ਟੁੱਟਦਾ ਜਾਂ ਸਲਾਬੇ ਦੇ ਨਾਲ, ਉਹਦੇ ਨਾਲ ਉਹ ਪਲ ਜਾਂਦਾ ਵਾ। ਜਦੋਂ ਐਡਾ ਕੁ ਮੋਟਾ ਹੋ ਜਾਂਦਾ, ਪਤੰਦਰ ਆ ਕੇ ਆਪਦਾ ਨੰਬਰ ਲਾ ਲੈਂਦੇ ਨੇ, ਕਹਿੰਦੇ ਦਰਖਤ ਸਰਕਾਰੀ ਹੋ ਗਿਆ, ਸਰਕਾਰ ਨੇ ਲਾਏ ਆ ਇਹ। ਹਿਮਾਚਲ ਦੇ ਵਿੱਚ ਕਾਨੂੰਨ ਆ ਵੀ ਉਹ ਹਰੇ ਦਰਖਤ ਨੂੰ ਜਿੰਦਾ ਦਰਖਤ ਮੰਨਦੇ ਆ, ਵੀ ਇਹਦੇ 'ਚ ਜਾਨ ਆ, ਜਿਹੜਾ ਵੱਢੂ ਵਾਸਤੇ ਪਰਚਾ ਸਰਕਾਰ ਨਾ ਆਪ ਵੱਢੇ ਨਾ ਕਿਸੇ ਨੂੰ ਵੱਢਣ ਦੇਵੇ। ਲੇਕਿਨ ਜਿਹੜਾ ਦਰਖਤ ਸੁੱਕ ਜਾਂਦਾ ਉਹਨੂੰ ਮਰਿਆ ਜਾਣਿਆ ਜਾਂਦਾ, ਵੀ ਇਸ ਦਰਖਤ ਮਰ ਗਿਆ, ਉਹਨੂੰ ਵੱਢ ਕੇ ਉਹਦੀ ਲੱਕੜੀ ਵੇਚ ਕੇ ਯਾਰ ਕੋਈ ਸੜਕਾਂ ਬਣਾ ਦਿਓ, ਕੋਈ ਕਿਸੇ ਉਹਦੀ ਡਿਵੈਲਪਮੈਂਟ ਦਾ ਕੰਮ ਕਰ ਲਓ।
ਇਲਜ਼ਾਮ ਤੁਹਾਡੇ ਤੇ ਵੀ ਲਾਉਂਦੇ ਨਾ ਹੋਵੇ, ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਜਾਂ ਖੇਤੀ ਨਾਲ ਜੁੜੇ ਨਹੀਂ ਹੋਏ ਜਾਂ ਖੇਤੀ ਨਾਲ ਜੁੜੇ ਹੋਏ ਵੀ ਕੁਝ ਕਹਿੰਦੇ ਆ ਵੀ ਤੁਸੀਂ ਭਾਈ ਕਣਕਾਂ ਦੇ ਨਾੜ ਨੂੰ ਫਿਰ ਅੱਗ ਲਾਉਂਦੇ ਆ, ਤੁਸੀਂ ਵੀ ਤਾਂ ਆਸੇ ਪਾਸੇ ਦੇ ਬੂਟੇ ਫੂਕਦੇ। ਜਾਂ ਜਿਹੜੇ ਆ ਬੁੱਧੀਜੀਵੀ ਬੋਲਦੇ ਨੇ, ਬੜਾ ਪ੍ਰਚਾਰ ਕਰਦੇ ਨੇ, ਕਿਸਾਨ ਜਿਹੜੇ ਅੱਗ ਲਾਉਂਦੇ ਨੇ, ਕਦੇ ਇਹਨਾਂ ਦੀ ਨਿਗਾਹ ਗਈ? ਕੋਈ ਵੀਡੀਓ ਬਣਾ ਕੇ ਇਹਨਾਂ ਨੇ ਪਾਈ? ਕਿਸੇ ਨੇ ਫੰਡ ਦਵਾਇਆ ਕਿਸਾਨਾਂ ਨੂੰ? ਤੁਹਾਡਾ ਝੋਨੇ ਦਾ ਵੀ ਉੱਧਰ ਸੀਜ਼ਨ ਆ ਜੀ, ਫਿਰ ਬੈਠੇ ਰਹੋਗੇ ਇੱਥੇ ਕਿੰਨਾ ਚਿਰ ਬੈਠੋਗੇ? ਜਦ ਤੱਕ ਇਹਨੂੰ ਵਾਜਬ ਰੇਟ ਨਹੀਂ ਕਰਦੇ ਅਸੀਂ ਬੈਠੇ ਹਾਂ। ਅੱਜ ਤੁਹਾਡੇ ਸਾਹਮਣੇ ਕਹਿੰਦਾ, ਮੀਡੀਆ ਦੇ ਸਾਹਮਣੇ, ਇਹ ਹੁਣ ਮਸਲਾ ਲੋਡੂਵਾਲ ਟੋਲ ਦਾ ਨਹੀਂ ਰਹਿਣਾ ਜਿੰਨਾ ਇਹਨਾਂ ਨੇ ਰੇਟ ਕਰਨਾ। ਇੱਕ ਦੋ ਦਿਨਾਂ ਦੇ ਵਿੱਚ ਇਹਨਾਂ ਨੇ ਹੱਲ ਕੱਢ ਦਿੱਤਾ, ਠੀਕ ਆ, ਜ਼ਿਮੀਦਾਰ ਵਿਹਲੇ ਹੋ ਜਾਣੇ ਝੋਨਾ ਲਾ ਕੇ, ਪੂਰੇ ਪੰਜਾਬ ਦੇ ਟੋਲ ਪਲਾਜ਼ਿਆਂ ਦੇ ਉੱਤੇ ਕਿਸਾਨ ਬੈਠਣੇ ਆ, ਸਾਰੇ ਫ੍ਰੀ ਕਰਨੇ ਆ, ਫਿਰ ਸਰਕਾਰ ਕਰ ਲਵੇ ਕੀ ਕਰਦੀ। ਫਗਵਾੜਾ ਤੋਂ ਲੁਧਿਆਣਾ ਆਈਏ ਤਾਂ ਲਾਡੋਵਾਲ ਟੋਲ ਪਲਾਜ਼ਾ ਅਕਸਰ ਚਰਚਾਵਾਂ ਦੇ ਵਿੱਚ ਰਹਿੰਦਾ ਹੈ। ਨੈਸ਼ਨਲ ਹਾਈਵੇ ਦੇ ਉੱਤੇ ਬਣਿਆ ਹੋਇਆ ਟੋਲ ਪਲਾਜ਼ਾ ਜਿੱਥੇ ਬਹੁਤ ਸਾਰੇ ਧਰਨਿਆਂ ਦੇ ਲਈ ਇਹ ਚਰਚਾਵਾਂ ਦੇ ਵਿੱਚ ਰਹਿੰਦਾ ਅਤੇ ਉਸ ਦੇ ਨਾਲ ਹੀ ਆਪਣੇ ਵੱਧ ਰੇਟਾਂ ਕਰਕੇ ਵੀ ਇਸ ਟੋਲ ਪਲਾਜ਼ੇ ਦੀਆਂ ਚਰਚਾਵਾਂ ਬਣੀਆਂ ਹੋਈਆਂ ਸੀ। ਸੋ ਵੱਧ ਚਾਰਜਸ ਦੇ ਕੇ, ਵੱਧ ਪੈਸੇ ਦੇ ਕੇ ਇੱਥੋਂ ਗੱਡੀਆਂ ਨੂੰ ਲੰਘਣਾ ਪੈਂਦਾ ਸੀ, ਜਿਸ ਦੇ ਚੱਲਦਿਆਂ ਕਿਸਾਨ ਯੂਨੀਅਨਾਂ ਦੇ ਵੱਲੋਂ ਇਸ ਟੋਲ ਪਲਾਜ਼ੇ ਨੂੰ ਬੰਦ ਕਰ ਦਿੱਤਾ ਗਿਆ। ਸਰਕਾਰ ਨੂੰ ਕਿਹਾ ਗਿਆ ਸੀ ਕਿ ਸਾਨੂੰ ਇਹ ਰੇਟ ਇੰਨੇ ਜ਼ਿਆਦਾ ਮਾਫਕ ਨਹੀਂ, ਜਾਇਜ਼ ਰੇਟ ਇੱਥੋਂ ਲੈਣੇ ਚਾਹੀਦੇ ਆ, ਪਰ ਜਦੋਂ ਹੱਲ ਨਹੀਂ ਹੁੰਦਾ ਤਾਂ ਟੋਲ ਪਲਾਜ਼ਾ ਫ੍ਰੀ ਕਰ ਦਿੱਤਾ ਜਾਂਦਾ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਗੱਡੀਆਂ ਬਿਨਾਂ ਰੁਕੇ ਮੁਫਤ ਦੇ ਵਿੱਚ ਇੱਥੋਂ ਲੰਘ ਕੇ ਹੁਣ ਜਾ ਰਹੀਆਂ। ਤਕਰੀਬਨ 16 ਤਰੀਕ ਤੋਂ ਇਸ ਟੋਲ ਪਲਾਜ਼ੇ ਨੂੰ ਬੰਦ ਕੀਤਾ ਹੋਇਆ ਅਤੇ ਦੋਨੇ ਪਾਸੇ ਤੋਂ ਤੁਹਾਨੂੰ ਦਿਖਾ ਦਿਆਂ ਕਿ ਇੱਕ ਵੱਡਾ ਟੋਲ ਪਲਾਜ਼ਾ ਪੰਜਾਬ ਦਾ ਅਤੇ ਹਾਈਵੇ, ਮੇਨ ਹਾਈਵੇ, ਨੈਸ਼ਨਲ ਹਾਈਵੇ ਹੈ ਅਤੇ ਉਸਦੇ ਉੱਤੋਂ ਹੁਣ ਗੱਡੀਆਂ ਫ੍ਰੀ ਲੰਘ ਕੇ ਜਾ ਰਹੀਆਂ। ਵਜ੍ਹਾ ਕੀ ਰਹਿੰਦੀ ਹੈ ਉਹ ਕਿਸਾਨਾਂ ਦੇ ਨਾਲ ਗੱਲਬਾਤ ਕਰਾਉਂਦੇ ਹਾਂ ਕਿ ਕਿਹੜੀ ਵਜ੍ਹਾ ਨੂੰ ਲੈ ਕੇ ਇਸ ਟੋਲ ਪਲਾਜ਼ੇ ਨੂੰ ਬੰਦ ਕਰ ਦਿੱਤਾ ਗਿਆ, ਕੀ ਕਾਰਨ ਰਹਿੰਦੇ ਆ, ਕੀ ਮੰਗਾਂ ਰਹਿੰਦੀਆਂ। ਸੋ ਬਾਈ ਜੀ, ਕਿਹੜੀ ਕਿਹੜੀ ਯੂਨੀਅਨ ਦੇ ਵੱਲੋਂ ਜਿਹੜਾ ਹੈਗਾ ਇਹ ਇੱਥੇ ਟੋਲ ਪਲਾਜ਼ੇ ਨੂੰ ਬੰਦ ਕੀਤਾ ਗਿਆ? ਇਹ ਭਾਰਤੀ ਕਿਸਾਨ ਯੂਨੀਅਨ ਦੁਆਬਾ ਆ, ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਆ, ਦੋਏ ਹੋ ਗਈਆਂ, ਟੈਕਸੀ ਸਟੈਂਡ ਸਾਰੀ ਆ, ਟਰੱਕ ਯੂਨੀਅਨ ਆ ਸਾਰੀਆਂ ਆ, ਅਤੇ ਇੱਕ ਹੈਗੀ ਆ ਕੀਰਤੀ ਕਿਸਾਨ ਯੂਨੀਅਨ, ਉਹ ਆ ਗਈ ਆ। ਇਹ ਸਾਰੇ ਜਥੇਬੰਦੀਆਂ ਨੇ ਲਗਭਗ KMM ਅਤੇ ਭਾਰਤ ਯੂਥ ਕਿਸਾਨ ਮੋਰਚਾ ਦੋਨੇ ਰਲ ਕੇ ਜਿੱਦਾਂ ਸ਼ੰਭੂ ਬਾਰਡਰ ਚੱਲ ਰਿਹਾ ਉਹਦੇ ਚਲਾ ਰਹੇ। ਨੌਬਤ ਕਿਉਂ ਆ ਗਈ ਜੀ ਇਹ? ਹੁਣ ਤਾਂ ਜ਼ੋਰ ਬੜਾ ਚੱਲ ਰਿਹਾ ਉੱਧਰ, ਝੋਨੇ ਦੀਆਂ ਤਿਆਰੀਆਂ ਹੋ ਰਹੀਆਂ, ਉੱਧਰ ਵੀ ਦਿਨ ਘੱਟ ਰਹਿੰਦੇ ਆ ਜੀ, ਲੇਟ ਹੋ ਰਿਹਾ, ਫਿਰ ਵੀ ਤੁਸੀਂ ਆ ਕੇ ਇੱਥੇ ਬਹਿ ਗਏ ਜੀ? ਗੱਲ ਇੱਦਾਂ, ਜਦੋਂ ਸਿਰ ਤੋਂ ਪਾਣੀ ਲੰਘ ਜਾਂਦਾ ਆ ਉਦੋਂ ਇੱਕ ਉੱਠਣਾ ਪੈਂਦਾ ਆ, ਫਿਰ ਸੂਰਮੇ ਉੱਠਦੇ ਆ। ਇਹ ਜਿੰਨੀਆਂ ਵੀ ਭੀੜਾਂ ਪੈਂਦੀਆਂ ਆ, ਚਾਹੇ ਸਾਨੂੰ ਅੱਤਵਾਦੀ ਕਹਿੰਦੇ, ਚਾਹੇ ਸਾਨੂੰ ਵੱਖਵਾਦੀ ਕਹਿੰਦੇ, ਚਾਹੇ ਸਾਨੂੰ ਵਿਹਲੜ ਕਹਿੰਦੇ ਆ, ਪਰ ਅਸੀਂ ਜਿੱਥੇ ਵੀ ਸਮਾਜ ਦੇ ਲਈ, ਸਮਾਜ ਨੂੰ ਜਾਂ ਪੰਜਾਬ ਨੂੰ ਜਾਂ ਭਾਰਤ ਨੂੰ ਕਿਤੇ ਪਬਲਿਕ ਨੂੰ ਤੰਗੀ ਆਉਂਦੀ ਆ, ਉੱਥੇ ਕਿਸਾਨਾਂ ਨੂੰ ਖੜ੍ਹਨਾ ਪੈਂਦਾ, ਇਹਨਾਂ ਯੂਨੀਅਨਾਂ ਨੂੰ ਖੜ੍ਹਨਾ ਪੈਂਦਾ। ਇਸੇ ਕਰਕੇ ਹੁਣ ਇਹਨੇ ਦਿਨ ਬ ਦਿਨ ਆਪੇ ਰੇਟ ਵਧਾ ਦਿੰਦੇ ਆ, ਜਦ ਕਿ ਟੋਲ ਪਲਾਜ਼ੇ ਦਾ ਜਿੰਨਾ ਵੀ ਇਹਨੇ ਹੁਣ ਤੱਕ ਪੈਸਾ ਸਾਡੇ ਤੋਂ ਲੈ ਚੁੱਕਾ ਰੋਡਾਂ ਵਾਸਤੇ ਖਰਚ ਕਰ ਦਿੱਤਾ ਆ, ਉਹ ਜਿੰਨਾ ਪੈਸਾ ਇਹਨੇ ਲਾਇਆ ਉਦੋਂ ਹਜ਼ਾਰਾਂ ਗੁਣਾ ਵੱਧ ਸਾਡੇ ਤੋਂ ਲੈ ਚੁੱਕੇ ਆ। ਉਹ ਜਿੰਨਾ ਪੈਸਾ ਲੱਗਾ ਸਾਨੂੰ ਉਹ ਦੱਸ ਨਹੀਂ ਰਹੇ ਵੀ ਕਿੰਨਾ ਪੈਸਾ ਖਰਚ ਕੀਤਾ ਆ, ਔਰ ਕਿੰਨਾ ਪੈਸਾ ਡੇਲੀ ਆ ਰਿਹਾ ਆ, ਉਹ ਕਿੰਨਾ ਵਿੱਚੋਂ ਕੱਟ ਹੋ ਗਿਆ ਆ, ਕਿੰਨਾ ਰਹਿ ਗਿਆ ਆ, ਕਦੋਂ ਇਹਨੂੰ ਬੰਦ ਕਰਾਂਗੇ, ਕਿੰਨਾ ਟਾਈਮ 'ਚ ਇਹ ਕੀ ਕਰਾਂਗੇ, ਕੁਛ ਨਹੀਂ ਦੱਸ ਰਿਹਾ। ਲੇਕਿਨ ਸਾਡੇ ਤੋਂ ਰੋਜ਼ ਦੀ ਰੋਜ਼ ਰੋਜ਼ ਦੀ ਰੋਜ਼ ਟੈਕਸ ਵਧਾ ਕੇ, ਟੋਲ ਪਲਾਜ਼ਾ ਵਧਾ ਕੇ ਸਾਡੇ 'ਤੇ ਨਵੀਂ ਤਲਵਾਰ ਲਟਕਾਈ ਜਾਂਦੇ ਆ। ਇੱਥੇ ਜਿਹੜੇ ਰਾਹਗੀਰ ਲੰਘਦੇ ਆ ਜੀ, ਇਹ ਨੈਸ਼ਨਲ ਹਾਈਵੇ ਆ, ਸਾਰਿਆਂ ਨੂੰ ਤੰਗੀ ਪਰੇਸ਼ਾਨੀ ਆ ਰਹੀ ਸੀ ਜਾਂ ਤੁਹਾਨੂੰ ਇਲਾਕੇ ਦੇ ਲੋਕਾਂ ਨੂੰ ਪਰੇਸ਼ਾਨੀ ਸੀ? ਸਾਰੇ ਪੂਰੇ ਭਾਰਤ ਦੇ ਲੋਕ ਜਿਹੜੇ ਆ, ਖਾਸ ਤੌਰ 'ਤੇ ਜਿਹੜੇ ਲੁਧਿਆਣਾ ਜਲੰਧਰ ਦੇ ਲੋਕ ਆ, ਇਹਨਾਂ ਤਾਂ ਡੇਲੀ ਅਪ ਡਾਊਨ ਕਰਨਾ ਪੈਂਦਾ ਆ। ਇੱਕ ਵਾਰੀ ਮਤਲਬ ਕਿ ਫਲੋਰ ਤੋਂ ਗੱਡੀ ਜਾਂਦੀ ਆ, ਲੁਧਿਆਣੇ ਮੁੜ ਕੇ ਆਉਂਦੀ ਆ, ਉਹ 150 ਦਾ ਪੈਟਰੋਲ ਨਹੀਂ ਖਾਂਦੀ ਅਤੇ 400 ਰੁਪਈਆ ਇਹ
ਟੋਲ ਵਾਲੇ ਲੈ ਲੈਂਦੇ ਆ 400 ਰੁਪਏ ਟੋਲ ਵਾਲੀ ਗੱਡੀ ਤੋਂ ਜੀ, ਗੱਡੀ ਤੋਂ ਲੈ ਲੈਂਦੇ ਆ। ਤੇ ਮੰਨ ਲਓ ਕਿ ਕੋਈ ਪੇਸ਼ੈਂਟ ਕਿਸੇ ਦਾ ਬਿਮਾਰ ਹੋ ਗਿਆ, ਕਿਸੇ ਦਾ ਜੀ ਬਿਮਾਰ ਹੋ ਗਿਆ, ਕਿਸੇ ਦੀ ਮੰਗਵੀਂ ਗੱਡੀ, ਕਿਸੇ ਦੀ ਆਪਦੀ ਗੱਡੀ ਨਹੀਂ ਹੈਗੀ, ਕਿਸੇ ਦੀ ਉਹ ਮਰੂਤੀ ਕਾਰ ਜਾਂ ਕੋਈ ਫੜ ਕੇ ਲੈ ਆਉਂਦਾ, ਕਹਿੰਦਾ ਚੱਲ ਮੈਂ ਆਪਣਾ ਮਰੀਜ਼ ਲੈ ਜਾਵਾਂ, ਮੇਰਾ ਉੱਧਰੋਂ ਕਿਰਾਇਆ ਬਚੂਗਾ, ਪਰ ਉਹ ਜਿੰਨਾ ਬਚਾਉਂਦਾ ਵਿਚਾਰਾ ਉਦੋਂ ਜ਼ਿਆਦਾ ਇਹ ਲੈ ਲੈਂਦੇ ਆ। ਮਤਲਬ ਕਿ ਕੱਪੜੇ ਲਾਉਣ ਤੱਕ ਫਿਰਦੇ ਆ। ਇੱਕ ਟੋਲ ਬਾਜ਼ਾਰ ਆਹ ਲੱਗ ਗਿਆ, ਆਹ 3 ਕਿਲੋਮੀਟਰ 'ਤੇ ਇੱਕ ਟੋਲ ਬਾਜ਼ਾਰ ਹੋਰ ਲਾਤਾ, 3 ਕਿਲੋਮੀਟਰ 'ਤੇ ਇੱਕ ਹੋਰ ਕਿਲੋਮੀਟਰ 'ਤੇ ਇੱਕ ਹੋਰ ਲਾਤਾ। ਜਦੋਂ ਇੱਥੋਂ ਲਾ ਕੇ ਅਸੀਂ ਘੁੰਮ ਕੇ ਚੜ ਕੇ ਉੱਥੇ ਜਾਂਦੇ ਹਾਂ, ਇਹ 'ਚ ਪਰਚੀ ਇੱਥੇ ਦਿੰਦੇ ਹਾਂ, ਇੱਕ ਪਰਚੀ ਅਸੀਂ ਉੱਥੇ ਦਿੰਦੇ ਹਾਂ। ਉਹਨਾਂ ਦੀ ਕਿੰਨੀ ਪਰਚੀ ਹੈ ਜੀ? ਉਹਨਾਂ 60-70 ਰੁਪਈਆ ਪਰਚੀ ਉਹਨਾਂ ਦੀ ਆ। ਦੋਨਾਂ ਟੋਲ ਪਲਾਜ਼ਿਆਂ 'ਤੇ ਪੂਰੀ ਲੁੱਟ ਹੋ ਰਹੀ ਆ, ਔਰ ਦੋਨੇ ਟੋਲ ਪਲਾਜ਼ਿਆਂ ਵਾਲੇ ਸਾਨੂੰ ਦੱਸ ਨਹੀਂ ਰਹੇ ਵੀ ਅਸੀਂ ਖਰਚਾ ਕਿੰਨਾ ਕੀਤਾ ਆ, ਆਹ ਕਿੰਨੇ ਗਏ ਆ, ਪੈਸੇ ਰਹਿ ਕਿੰਨੇ ਗਏ ਆ, ਕਿੰਨੇ ਕੁ ਰਹਿਣੇ ਆ, ਕਦੋਂ ਇਹ ਬੰਦ ਹੋਣਾ ਹੈ। ਇੱਕ ਦੀ ਪਰਚੀ 60-70 ਰੁਪਏ, ਇੱਕ ਦੀ 400 ਰੁਪਏ ਆ। ਬਸ ਇਹਨਾਂ ਦਾ ਇਹ ਸਾਰਾ ਜਿਹੜਾ ਨਾ ਜਿਹੜਾ ਕਾਰਪੋਰੇਟ ਕਰਾਉਣਾ ਆ ਉਹਦੀ ਵੀ ਪਰਚੀ ਜਿਹੜੀ ਆ ਸਾਲ ਦੇ ਵਿੱਚ ਵਿੱਚ ਇਹਦੇ ਬਰਾਬਰ ਜਾਊਗੀ। ਉਹ ਸਾਨੂੰ ਦੱਸ ਰਿਹਾ ਨਾ ਜਿੱਦਾਂ ਉਹ ਵੀ ਵਧਾ ਰਿਹਾ, ਜਿੱਦਾਂ ਇਹ ਵਧਾ ਰਿਹਾ, ਉਹਦੇ ਉਹ ਇੱਧਰੋਂ ਥੋੜ੍ਹਾ ਵੱਧ ਵਧਾ ਰਹੇ ਆ, ਉਹ ਵੀ ਵਧਾਉਣਗੇ, ਸਾਨੂੰ ਉਹਨਾਂ ਵੀ ਨੱਤ ਪਾਉਣੀ। ਇਹ ਇਕੱਲਾ ਨਹੀਂ, ਅਸੀਂ ਤਾਂ ਚਲੋ ਝੋਨੇ ਦਾ ਸੀਜ਼ਨ ਹੈ, ਝੋਨੇ ਸੀਜ਼ਨ ਕਰਕੇ ਸਾਰੇ ਕਿਸਾਨ ਜਿਹੜੇ ਆ ਬਿਜ਼ੀ ਹੋ ਗਏ ਆ, ਮਜ਼ਦੂਰ ਵੀ ਬਿਜ਼ੀ ਹੋ ਗਿਆ, ਸਾਰੇ ਇੱਕ ਕਿਸਮ ਦੇ ਜਿੱਦਾਂ ਕੱਲ੍ਹ ਸਾਡੀ ਤਾਂ ਜਾਨ ਫਸੀ ਪਈ ਆ, ਝੋਨੇ ਦਾ ਸੀਜ਼ਨ ਵਿਹਲੇ ਹੋ ਗਏ। ਪੰਜਾਬ ਦੇ ਟੋਲ ਪਲਾਜ਼ੇ ਜਿੰਨੇ ਵੀ ਹੋਣਗੇ ਸਾਰੇ ਬੰਦ ਕਰਾਂਗੇ, ਕਿਉਂਕਿ ਹੁਣ ਸਾਡੇ ਕੋਲ ਇੱਕ ਤਾਂ ਸ਼ੰਭੂ ਬਾਰਡਰ 'ਤੇ ਮੋਰਚਾ ਚੱਲਦਾ, ਖਨੌਰੀ ਵਾਲੇ ਬਾਰਡਰ 'ਤੇ ਚੱਲਦਾ, ਰਤਨਪਾਲ ਚੱਲਦਾ, 4-5 ਮੋਰਚੇ ਸਾਡੇ ਪਹਿਲਾਂ ਚੱਲਦੇ ਆ, ਇੱਕ ਚਾਰ ਰੁਪਏ ਆਪਣਾ ਬੰਦੀ ਸਿੰਘਾਂ ਵਾਲਾ ਚੱਲਦਾ ਆ, ਇੱਧਰੇ ਚੱਲ ਪਿਆ। ਇੰਨੇ ਮੋਰਚਿਆਂ 'ਤੇ ਆਪਣੀ ਪਬਲਿਕ ਇਕੱਠੀ ਕਰਨੀ, ਦੇਣੀ, ਇਹਨੂੰ ਮੋਰਚਿਆਂ ਨੂੰ ਸੰਭਾਲਣਾ, ਇਹ ਔਖਾ ਹੋਇਆ। ਪਰ ਉਹ ਕਹਿਣਗੇ ਵੀ ਅਸੀਂ ਤੁਹਾਨੂੰ ਸਹੂਲਤਾਂ ਵੀ ਤਾਂ ਦਿੰਦੇ ਹਾਂ, ਰਾਹ ਵਿੱਚ ਤੁਹਾਡੀ ਕੋਈ ਗੱਡੀ ਖਰਾਬ ਹੋ ਜਾਵੇ ਅਸੀਂ ਟੋ ਕਰਦੇ ਹਾਂ, ਸਾਡੀਆਂ ਪੈਟਰੋਲਿੰਗ ਗੱਡੀਆਂ ਘੁੰਮਦੀਆਂ, ਇੱਥੇ ਵਾਸ਼ਰੂਮ ਦੀ ਸੁਵਿਧਾ, ਐਂਬੂਲੈਂਸ ਦੀ ਸੁਵਿਧਾ, ਇੰਨੀਆਂ ਸੁਵਿਧਾਵਾਂ ਵੀ ਤਾਂ ਅਸੀਂ ਤੁਹਾਨੂੰ ਦਿੰਦੇ ਹਾਂ। ਇੱਥੇ ਇੱਕ ਵੀ ਸੁਵਿਧਾ ਹੈ ਨਹੀਂ ਗੀ, ਇੱਕ ਵੀ ਸੁਵਿਧਾ ਹੈ ਨਹੀਂ ਗੀ, ਨਾ ਟੋਇਲਟ ਬਾਥਰੂਮ ਦੀ, ਲੈਟਰਿੰਗ ਦੀ, ਬਾਥਰੂਮ ਜਾਂ ਜਿਹੜੀ ਸੜਕ ਤੁਸੀਂ ਜਾ ਕੇ ਹੁਣ ਪਿੱਛੇ ਜਾ ਕੇ ਦੇਖ ਲਓ, ਪੁਲ ਦੇ ਉੱਤੇ ਖੜ ਜਾਓ, ਪੁਲ ਇੱਦਾਂ ਇੱਦਾਂ ਕਮਰਾ ਆ, ਇਸ ਟਾਈਮ ਵੀ ਡਿੱਗ ਸਕਦਾ ਆ, ਇਹ ਸਹੂਲਤ ਹੈ। ਪੁਲ ਦੇ ਪੁਲ ਦੇ ਉੱਤੇ ਖੱਡੇ ਪਏ ਆ, ਤੁਸੀਂ ਆਹ ਦਿਖਾ ਦਿਓ ਕੈਮਰੇ ਵਾਲੇ ਨੂੰ, ਸਹੂਲਤਾਂ ਸਾਨੂੰ ਵੀ ਦੇਣੀਆਂ, ਇਹਨਾਂ ਦੇ ਆਪਣੇ ਕੋਲ ਦਾ ਕੀ ਹਾਲ ਆ, ਇਹ ਦਿਖਾ ਦਿਓ ਕੈਮਰੇ ਵਾਲੇ ਨੂੰ, ਕਹੋ ਦਿਖਾ ਲਓ ਵੀ ਆਹ ਜਿਹੜੇ ਸਾਨੂੰ ਸਹੂਲਤਾਂ ਕੀ ਦੇਣੀਆਂ, ਇਹਨਾਂ ਦੇ ਆਪਣੇ ਘਰ ਦੇ ਵਿੱਚ ਉੱਜੜਿਆ ਪਿਆ ਸਾਰਾ ਕੁਛ, ਸਿਰਫ ਅਤੇ ਸਿਰਫ ਪੈਸਾ ਇਕੱਠਾ ਕਰਨਾ। 1 ਕਰੋੜ 12 ਲੱਖ ਰੁਪਇਆ ਡੇਲੀ ਦਾ ਇਕੱਠਾ ਕਰਕੇ ਸਰਕਾਰ ਲੈ ਕੇ ਜਾ ਰਹੀ ਆ, ਪਰ ਸਾਨੂੰ ਦੱਸ ਨਹੀਂ ਰਹੀ ਵੀ ਉਹ ਪੈਸੇ ਖਰਚ ਕਿੱਥੇ ਰਹੇ ਆ। ਇਹ ਪੈਸਾ ਸਾਰਾ ਇਕੱਠਾ ਕਰਕੇ ਜਿਹੜੇ ਭਾਰਤ ਦੀਆਂ ਬਾਹਰਲੇ ਸਟੇਟਾਂ ਆ, ਬਾਹਰਲੇ ਸੂਬਿਆਂ ਦੇ ਵਿੱਚ, ਇੱਥੇ ਪੰਜਾਬ 'ਚ ਪੈਸਾ ਇਕੱਠਾ ਕਰਕੇ ਉੱਧਰ ਜਾ ਕੇ ਲਾ ਰਹੇ ਆ। ਪਰ ਇਹਨਾਂ ਦਾ ਕੰਮ ਤਾਂ ਇਹ ਹੁੰਦਾ ਨਾ ਜੀ ਵੀ ਸੜਕਾਂ ਬਣਾਉਣੀਆਂ, ਸਾਫ਼ ਸੜਕਾਂ ਬਣਾ ਕੇ ਤੁਹਾਨੂੰ ਸਹੂਲਤ ਦੇਣੀ, ਅਤੇ ਉਹਦੇ ਇਫਜ਼ ਦੇ ਵਜੋਂ ਪੈਸੇ ਵਸੂਲਣੇ ਜੀ। ਇੱਕ ਵੀ ਗੱਡੀ ਦਾ ਰਿਕਾਰਡ ਦੱਸ ਦੇਣ ਵੀ ਗੱਡੀ ਇੱਥੇ ਖਰਾਬ ਹੋ ਗਈ ਸੀ, ਉਹਦਾ ਐਕਸੀਡੈਂਟ ਹੋ ਗਿਆ ਸੀ, ਜਾਂ ਉਹਦਾ ਤੇਲ ਮੁੱਕ ਗਿਆ ਸੀ, ਜਾਂ ਉਹਨੂੰ ਕੋਈ ਪ੍ਰੋਬਲਮ ਆ ਗਈ ਸੀਗੀ, ਬਸ ਇਹ ਬੰਦੇ ਨੂੰ ਘਰ ਛੱਡ ਕੇ ਆਏ ਹਾਂ, ਜਾਂ ਇਹਦੀ ਗੱਡੀ ਟੋ ਕਰਕੇ ਛੱਡ ਕੇ ਆਏ ਹਾਂ, ਜਾਂ ਇਹਨੂੰ ਅਸੀਂ ਸਹੂਲਤ ਦਿੱਤੀ ਹੈ। ਇੱਕ ਵੀ ਬੰਦਾ ਪੂਰੇ ਭਾਰਤ ਦੇ ਵਿੱਚੋਂ ਸੱਦ ਲੈਣ, ਇੱਥੇ ਬੰਦਾ ਮੇਰੇ ਫੋਟਾ ਕਦਮ ਮੋਰੇ ਲਿਆ ਕੇ ਵੀ ਇਹ ਬੰਦੇ ਨੂੰ ਸਹੂਲਤਾਂ ਦਿੱਤੀ ਅਸੀਂ। ਇਹਦੇ ਲਈ ਹੁਣ ਸਰਕਾਰ ਜ਼ਿੰਮੇਵਾਰ ਆ ਜਾਂ ਟੋਲ ਕੰਪਨੀ ਜ਼ਿੰਮੇਵਾਰ ਆ ਜੀ? ਇਹ ਟੋਲ ਕੰਪਨੀ ਦਾ ਠੇਕਾ ਦਿੱਤਾ ਹੋਇਆ ਨਹੀਂ, ਟੋਲ ਕੰਪਨੀ ਤੋਂ 1 ਕਰੋੜ 12 ਲੱਖ ਰੁਪਇਆ ਡੇਲੀ ਦਾ ਲੈਣਾ ਹੈ ਨਹੀਂ, ਉਹ ਨਹੀਂ ਸਾਡੇ ਤੋਂ ਇਕੱਠੇ ਕਰਨੇ, ਉਹ 1.5 ਕਰੋੜ ਇਕੱਠਾ ਕਰਨਗੇ ਤਾਂ ਹੀ ਉਹਨਾਂ ਨੂੰ ਬਚੂਗਾ। ਇਸ ਗੱਲ ਦੇ ਕੋਈ ਸਬੂਤ ਵੀ ਹੈਗੇ ਜੀ? ਹਵਾਈ ਗੱਲਾਂ ਤਾਂ ਦੱਸਦੇ ਆ ਉਹ, ਉਹਨਾਂ ਨੂੰ ਜਦੋਂ ਗੱਲ ਕਰਦੇ ਆ ਨਾ ਉਹ ਆਪ ਸਾਨੂੰ ਇਹ ਗੱਲ ਕਹਿੰਦੇ, ਮੈਨੇਜਰ ਵਗੈਰਾ ਉਹ ਆਪ ਕਹਿੰਦੇ ਆ ਵੀ ਅਸੀਂ 1 ਕਰੋੜ 12 ਲੱਖ ਰੁਪਇਆ ਡੇਲੀ ਦੇਣਾ ਆ। ਜੇ ਉਹ ਕਹਿੰਦੇ ਆ ਤਾਂ ਅਸਰ ਦਿੰਦੇ ਹੋਣਗੇ, ਜੇ ਨਹੀਂ ਦਿੰਦੇ ਤਾਂ ਪੈਸਾ ਜਾਂਦਾ ਫਿਰ ਕਿੱਥੇ ਆ? ਅਕਸਰ ਪੈਸਾ ਤਾਂ ਇੱਥੋਂ ਜਾ ਰਿਹਾ ਨਾ, ਸਾਡੀ ਜੇਬ 'ਚੋਂ ਤਾਂ ਨਿਕਲ ਰਿਹਾ ਨਾ, ਉਹ ਕਿੱਥੇ ਜਾ ਰਿਹਾ? ਅਸੀਂ ਉਹ ਹੀ ਕਹਿੰਦੇ ਸਾਨੂੰ ਦੱਸੋ ਸਹੀ ਵੀ ਸਾਡੀ ਜੇਬ 'ਚੋਂ ਪੈਸਾ ਗਿਆ, ਮੰਨ ਲਓ 400 ਗੱਡੀਆਂ ਚਲ ਗਿਆ ਕੋਈ ਗੱਲ ਨਹੀਂ, 2000 ਟਰੱਕ ਦਾ ਚਲ ਗਿਆ ਕੋਈ ਗੱਲ ਨਹੀਂ, ਉਹ ਜਾਂਦਾ ਕਿੱਥੇ ਆ, ਲਾਇਆ ਕਿੱਥੇ ਆ, ਇਸ ਗੱਲ ਦਾ ਪਤਾ ਲੱਗ ਜਾਵੇ। ਇਹ ਵਜ੍ਹਾ ਤੁਹਾਨੂੰ ਜਾਇਜ਼ ਵੀ ਲੱਗਦੀ ਜਿਹੜੀ ਤੁਸੀਂ ਸਾਰਾ ਕੁਝ ਕਰ ਰਹੇ ਹੋ? ਕਿਉਂਕਿ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਵੀ ਇਹ ਵਜ੍ਹਾ ਨਹੀਂ ਦੇਖਦੇ, ਬਸ ਜਗ੍ਹਾ ਦੇਖਦੇ ਆ ਜੀ, ਬਹਿੰਦੇ ਤੱਪੜ ਵਿਛਾ ਕੇ ਬਹਿ ਜਾਂਦੇ ਆ, ਅਜਿਹੀਆਂ ਗੱਲਾਂ ਉਹਨੇ ਕਹੀਆਂ। ਹੁਣ ਤੁਸੀਂ ਇਹ ਕਲੀਅਰ ਕਰ ਲਿਆ ਵੀ ਵਜ੍ਹਾ ਹੈ, ਬਿਲਕੁਲ ਜਾਇਜ਼ ਆ? ਇਹ ਤਾਂ ਤੁਸੀਂ ਆਮ ਪਬਲਿਕ ਜਿਹੜੀ ਸੜਕ ਦੇ ਰੋਡ 'ਤੇ ਡੇਲੀ ਚੱਲਦੀ ਆ,
ਉਹਨੂੰ ਪੁੱਛ ਸਕਦੇ ਹਾਂ ਵੀ ਵਜਾ ਜਾਇਜ਼ ਆ ਜਾਂ ਨਜਾਇਜ਼ ਆ। ਜਗ੍ਹਾ ਦੇਖਦੇ ਹਾਂ, ਟਾਈਮ ਦੇਖਦੇ, ਕੀ ਦੇਖਦੇ ਹਾਂ। ਇਹ ਉਹ ਤਾਂ ਢੋਲ ਕੇ ਇੱਕ ਜਿੱਦਾਂ ਡਮਰੂ ਆ, ਭਗਵੰਤ ਮਾਨ ਜਿਹੜਾ ਡਮਰੂ ਆ, ਉਹ ਕਹਿੰਦਾ ਕੁਛ ਹੈ ਕਰਦਾ ਕੁਛ ਹੈ, ਤਾਂ ਮੋਦੀ ਵੀ ਇਹ ਚੀਜ਼ ਆ, ਉਹ ਵੀ ਉਹਦੀ ਕਹਿਣੀ ਕਰਨੀ 'ਚ ਬਹੁਤ ਫਰਕ ਆ। ਪਰ ਇਹ ਤਾਂ ਭਾਂਡਿਆ ਨਾ, ਇਹ ਤਾਂ ਮਦਾਰੀਆਂ ਵਾਲਾ ਖੇਲ ਖੇਲਦਾ ਆ, ਕਿਸੇ ਨੂੰ ਕੁਛ ਕਹਿਤਾ ਕਿਸੇ ਨੂੰ ਕੁਛ ਕਹਿਤਾ। ਇਹ ਤਾਂ ਤੁਹਾਡੇ ਸ਼ਬਦ ਆ ਜੀ, ਉਹ ਕਹਿੰਦੇ ਮੈਂ ਤਾਂ ਬਰੋਜੇ ਲਾਉਂਦਾ ਰਿਹਾ ਜੀ ਪੁਲੀਆਂ ਨੂੰ ਜੀ, ਮੈਂ ਤਾਂ ਇੰਜਣ ਦੇ ਸਾਹਮਣੇ ਸੌਂਦਾ ਰਿਹਾ ਜੀ, ਮੇਰੀ ਡਿਊਟੀ ਵੱਟਾਂ ਦੇ ਉੱਤੇ ਹੁੰਦੀ ਸੀ ਵੀ ਕਿਸੇ ਪਾਸੇ ਨੂੰ ਖਾਲ 'ਚੋਂ ਪਾਣੀ ਨਾ ਟੁੱਟੇ। ਉਹ ਕਹਿੰਦੇ ਮੈਂ ਤਾਂ ਕਿਸਾਨ ਹਾਂ, ਮੈਂ ਸਾਰਾ ਕੁਝ ਕੀਤਾ ਹੋਇਆ ਅਤੇ ਇਸ ਕਰਕੇ ਮੈਨੂੰ ਖੇਤੀ ਦੇ ਤਜਰਬੇ ਆ। ਤੁਹਾਨੂੰ ਲੱਗਦਾ ਕਿਸਾਨ ਦਾ ਪੁੱਤ ਆ? ਤੁਹਾਨੂੰ ਲੱਗਦਾ ਜਿਹੜੇ ਹਿਸਾਬ ਨਾਲ ਭੰਡ ਪ੍ਰਚਾਰ ਕਰਦਾ, ਜਿਸ ਹਿਸਾਬ ਨਾਲ ਉਹ ਕਿਸੇ ਕਿਸਾਨ ਨੂੰ ਇੱਦਾਂ ਦੀਆਂ ਉਲਟੀਆਂ ਸਿੱਧੀਆਂ ਗੱਲਾਂ ਆਉਂਦੀਆਂ ਆ, ਮੇਰੇ ਤਰ੍ਹਾਂ ਤਾਂ ਨਹੀਂ ਆਉਂਦੀਆਂ ਹੋਣਗੀਆਂ। ਜਿਹੜੇ ਕਿਸਾਨ ਦਾ ਪੁੱਤ ਧੁੱਪੇ ਬਹਿ ਕੇ ਪਾਣੀ ਲਾਉਂਦਾ ਰਿਹਾ ਹੋਵੇ, ਉਹਨੂੰ ਕਿਸਾਨਾਂ ਦੇ ਦਰ ਦਾ ਪੂਰਾ ਪਤਾ ਹੋਊਗਾ। ਇਹ 'ਚ ਵੇਲੇ ਸਾਡੇ ਜਿਹੜੇ ਕਿਸਾਨ, ਜਿਹੜੇ ਆਮ ਜਿਹੜੇ ਪਬਲਿਕ ਇੱਥੇ ਬੈਠੀ ਆ, ਉਹਨਾਂ ਨੂੰ ਪੁੱਛ ਕੇ ਦੇਖੋ, ਝੋਨਾ ਲਾਉਣਾ, ਵੱਟਾਂ ਚਾੜਨੀਆਂ, ਕਰਨੀਆਂ, ਉਹ ਕਹਿਣਾ ਬਹੁਤ ਸੌਖਾ ਆ, ਮੈਂ ਜੜਦਾ ਪੁੱਤੇ ਹਾਂ, ਮੈਂ ਖੇਤੀ ਕਰਦਾ ਰਿਹਾ, ਕਹਿਣਾ ਬੜਾ ਸੌਖਾ ਲੇਕਿਨ ਕਰਨਾ ਬੜਾ ਔਖਾ। ਉਹ ਤਾਂ ਭੰਡ ਕਰਦਾ ਆ, ਉਹ ਤਾਂ ਜਿਹੜੀ ਗੱਲ ਕਹਿਤੀ, ਹੁਣ ਪਿਛਲੀ ਵਾਰੀ ਹੜ੍ਹ ਆਇਆ, ਮੈਂ ਤਾਂ ਮੁਰਗੀਆਂ ਬੱਕਰੀਆਂ ਨੂੰ ਅਤੇ ਮੁਰਗੀ ਬੱਕਰੀ ਦਾ ਮੁਆਵਜ਼ਾ ਦਊਂਗਾ, ਕੀ ਦੇਤਾ? ਓਲੰਪਿਕ ਸਕੈਨ ਆਈ ਸੀ, ਉਹਦਾ ਮੁਆਵਜ਼ਾ ਦੇਤਾ? ਪਿਛਲੇ ਸਾਲ ਝੋਨੇ ਦੇ ਵਿੱਚ ਉਹ ਛੋਟੇ ਬੂਟਿਆਂ ਦੀ ਮਾਂ ਆ ਗਈ ਸੀ, ਬਿਮਾਰੀ ਆ ਗਈ ਸੀ, ਉਹਨੂੰ ਦੇਤਾ 1 ਰੁਪਈਆ? ਕਹਿਣਾ ਇੱਕਦਮ ਹੀ, ਜਦੋਂ ਉਹਦੇ ਮਰ ਜਾ ਖੜ੍ਹਦੇ ਆ ਤਾਂ ਬਰੋਚ ਖੜ੍ਹਦੇ ਆ, ਇੱਕਦਮ ਮੰਨ ਜਾਂਦਾ ਮੈਂ ਐਂ ਕਰ ਦੂੰਗਾ ਉਹ, ਲੇਕਿਨ ਕਰਨਾ ਕੁਛ ਨਹੀਂ ਗਾ। 1 ਰੁਪਈਆ ਵੀ ਹਜੇ ਤੱਕ ਕਿਸੇ ਨੇ ਮੁਆਵਜ਼ਾ ਦਿੱਤਾ ਹੋਵੇ, ਬੰਦਾ ਦੱਸ ਸਕਦਾ ਸਾਨੂੰ ਵੀ ਇੱਥੇ ਮੁਆਵਜ਼ਾ ਦਿੱਤਾ ਆ? ਗਾਈਆਂ ਮਰ ਗਈਆਂ, ਝੋਨਾ ਮਰ ਗਿਆ, ਕਣਕ ਖਰਾਬ ਹੋ ਗਈ, ਇੰਨੀਆਂ ਕਣਕਾਂ ਸੜ ਕੇ ਹੋ ਗਈਆਂ। ਪਰ ਉਹਨਾਂ ਨੂੰ ਤਾਂ ਬਸ ਇੱਕੋ ਭੰਡ ਪ੍ਰਚਾਰ ਦਾ ਹੀ ਹੁੰਦਾ ਆ ਵੀ ਕਿਸਾਨਾਂ ਵਿਰੁੱਧ ਬੋਲਣਾ ਆ। ਪਰ ਉਹ ਕਹਿੰਦੇ ਵੀ ਬੜੇ ਲੋਕ ਖੁਸ਼ ਆ ਜੀ, ਹੁਣ ਬੱਤੀ ਬੜੀ ਆ ਰਹੀ ਆ, ਖੁੱਲ੍ਹੀ ਬਿਜਲੀ ਮਿਲੀ ਜੀ, ਸਾਰੇ ਲੋਕ ਵੀਡੀਓ ਬਣਾ ਬਣਾ ਪਾਉਂਦੇ ਸੀ ਵੀ ਬੱਲੇ ਬੱਲੇ ਭਗਵੰਤ ਮਾਨ ਸਾਹਿਬ ਸਾਡੀਆਂ ਖਾਲਾਂ 'ਚ ਪਾਣੀ ਆ ਗਿਆ, ਉਹ ਵੀਡੀਓ ਨਹੀਂ ਦੇਖੀਆਂ ਤੁਸੀਂ? ਵੀਰਾ ਜੀ, ਸਾਰਿਆਂ ਦੀਆਂ ਸਾਰੀਆਂ ਜਿਹੜੀਆਂ ਟੇਲਾਂ ਇਹਨਾਂ ਦੀਆਂ ਨਹਿਰਾਂ ਜਿਹੜੀਆਂ ਸੁੱਕੀਆਂ ਪਈਆਂ। ਸਾਨੂੰ ਬਿਜਲੀ ਫ੍ਰੀ ਲੈਣ ਦਾ ਕੋਈ ਸ਼ੌਂਕ ਨਹੀਂਗਾ। ਅਸੀਂ ਇਹ ਕਹਿੰਦੇ ਹਾਂ ਜਿਹੜਾ ਪਾਣੀ ਨਹਿਰਾਂ ਦੇ ਵਿੱਚ ਛੱਡਦੇ ਆ, ਸਾਨੂੰ ਵੱਧ ਤੋਂ ਵੱਧ ਸਾਡੇ ਖੇਤਾਂ ਵਿੱਚ ਇਹ ਨਹਿਰੀ ਪਾਣੀ ਪਹੁੰਚਾਵੇ। ਅਸੀਂ ਮੋਟਰਾਂ ਚਲਾ ਕੇ ਬਿਜਲੀ ਫੂਕ ਕੇ ਅਸੀਂ ਖੁਸ਼ ਨਹੀਂ ਹੈਗੇ, ਅਸੀਂ ਕਹਿੰਦੇ ਤੁਹਾਡੀ ਬਿਜਲੀ ਬਚੂਗੀ, ਤੁਹਾਡਾ ਪਾਣੀ ਬਚੂਗਾ, ਲੇਕਿਨ ਸਾਡੇ ਖੇਤਾਂ ਵਿੱਚ ਨਹਿਰਾਂ ਲੰਘਣੀਆਂ, ਸਾਡੇ ਖੇਤਾਂ ਵਿੱਚ ਖਾਲੇ ਲੰਘਣੇ ਆ, ਪੱਕੇ ਖਾਲੇ ਬਣਾ ਕੇ ਸਾਡੇ ਖੇਤਾਂ ਵਿੱਚ ਵੱਧ ਤੋਂ ਵੱਧ ਪਾਣੀ ਪਹੁੰਚਾਇਆ ਜਾਵੇ। ਅਸੀਂ ਬੱਤੀ ਕਾਹਦੇ ਫੂਕਾਂਗੇ? ਅਸੀਂ ਥੱਲੇ ਵਾਲਾ ਪਾਣੀ ਕਿਉਂ ਖਿੱਚਾਂਗੇ? ਦੂਸਰੀ ਗੱਲ ਆ, ਹੁਣ ਇਹ ਬੂਟੇ ਪੱਟ ਕੇ ਸੜਕਾਂ ਦੇ ਉੱਤੋਂ ਇਹ ਵੇਚ ਕੇ ਖਾ ਗਏ, ਕਹਿੰਦੇ ਕਿਸਾਨ ਨੂੰ ਆ ਵੀ ਤੁਸੀਂ ਬੂਟੇ ਵੱਧ ਤੋਂ ਵੱਧ ਲਾਓ, ਤੁਸੀਂ ਐਂ ਕਰੋ, ਇੱਕ ਖੇਤ ਦੇ ਵਿੱਚ 2 ਬੂਟੇ ਲੱਗ ਜਾਣ, 10 ਮਰਲ ਦੀ ਫਸਲ ਮਾਰ ਦਿੰਦਾ। ਪਰ ਅਸੀਂ ਚਾਹੁੰਦੇ ਹੁੰਦੇ ਲਾਈਏ, ਲਾਉਂਦੇ ਹਾਂ ਹਰੇਕ ਕਿਸਾਨ ਦੇ, ਮੇਰੇ ਹਿਸਾਬ ਨਾਲ ਜੇ ਖੇਤਾਂ ਦੇ ਹਿਸਾਬ ਨਾਲ ਗਿਣਿਆ ਜਾਵੇ ਤਾਂ 4-4, 5-5 ਬੂਟੇ ਖੇਤ ਦੇ ਹਿਸਾਬ ਨਾਲ ਲੱਗੇ ਹੋ ਆ। ਪਰ ਇਹਨਾਂ ਨੇ ਆਪਣਾ ਕਦੇ ਦੱਸਿਆ ਨਹੀਂ, ਕਾਰਡ ਕੱਢਿਆ ਨਹੀਂ ਵੀ ਅਸੀਂ ਆਹ ਬੂਟੇ ਇੰਨੇ ਵੇਚੇ ਆ, ਇੱਥੋਂ ਇੰਨੇ ਆ ਸੜਕਾਂ ਚੌੜੀਆਂ ਕਰਨ ਦੇ ਲਈ ਜਾਂ ਇੰਨੇ ਜੰਗਲਾਤ ਪੱਟ ਕੇ ਉਹਨਾਂ ਦੇ ਬੂਟੇ ਵੇਚੇ ਆ, ਉੱਥੇ ਕਿੱਥੇ ਲਾਏ ਨਹੀਂ ਬੂਟੇ, ਕਿੱਥੇ ਪੈਸਾ ਖਰਚਿਆ, ਸਾਰਾ ਕੁਛ ਗੋਲ ਮੋਲ ਚੱਲ ਰਿਹਾ ਜੀ ਟੋਟਲੀ। ਕਿਵੇਂ ਦੇਖਦੇ ਸਰਦਾਰ ਸਾਹਿਬ, ਇਹ ਕਹਿ ਦਿੱਤਾ ਜਾਂਦਾ ਵੀ ਕਿਸਾਨ ਯੂਨੀਅਨਾਂ ਨੂੰ ਕੀ ਲੋੜ ਪੈ ਜਾਂਦੀ ਹੈ, ਮਸਲਾ ਕੋਈ ਹੋਵੇ ਚੱਕਦੇ ਕਿਸਾਨ ਝੰਡੇ ਉੱਥੇ ਪਹੁੰਚ ਜਾਂਦੇ ਜੀ, ਤੁਹਾਡਾ ਮਸਲਾ ਹੈਗਾ ਸੀ ਇਹ, ਲੱਗਦਾ ਕੀ ਲੱਗਦਾ ਵੀ ਤੁਹਾਨੂੰ ਕਿਉਂ ਆਉਣਾ ਪੈ ਗਿਆ ਇਸ ਮਸਲੇ 'ਚ? ਪਹਿਲੀ ਗੱਲ ਬਹੁਤ ਬਹੁਤ ਧੰਨਵਾਦ ਤੁਹਾਡਾ, ਜਿਹੜੇ ਤੁਸੀਂ ਜਿਹੜੀ ਇਸ ਟੋਲ ਪਲਾਜ਼ੇ 'ਤੇ ਆ ਕੇ ਜਿਹੜੀ ਜਨਤਾ ਦੀ ਆਵਾਜ਼ ਆ ਉਹਨੂੰ ਸਰਕਾਰ ਤੱਕ ਪਹੁੰਚਾਉਂਦੇ ਹੋ, ਧੰਨਵਾਦ ਤੁਹਾਡਾ। ਔਰ ਰਹੀ ਗੱਲ ਸਰਕਾਰਾਂ ਦੀ, ਹੁਣ ਅਸੀਂ ਜੋ ਮਰਜ਼ੀ ਕਹੀ ਜਾਣ, ਅਸੀਂ ਇਹਨਾਂ ਦੀ ਪਰਵਾਹ ਨਹੀਂ ਕਰਦੇ। ਇਹਨਾਂ ਦਾ ਕੰਮ ਆ, ਜਿਹੜੀ ਆਵਾਜ਼ ਇਹਨਾਂ ਦੇ ਖਿਲਾਫ਼ ਉੱਠਦੀ ਹੈ, ਚਾਹੇ ਉਹ ਪੰਜਾਬ ਸਰਕਾਰ ਆ ਚਾਹੇ ਸੈਂਟਰ ਸਰਕਾਰ ਆ। ਆ ਚੱਲ ਪੰਜਾਬ ਵਾਲੇ ਤਾਂ ਸਾਨੂੰ ਅੱਤਵਾਦੀ ਨਹੀਂ ਕਰਦੇ, ਸੈਂਟਰ ਵਾਲੇ ਤਾਂ ਇਹ ਕਹਿੰਦੇ ਜੀ ਖਾਲਿਸਤਾਨੀ ਨੇ ਅੱਤਵਾਦੀ ਨੇ, ਹੁਣ ਬੈਠੇ ਨੇ ਅੱਤਵਾਦੀ। ਅੱਤਵਾਦੀਆਂ ਨੇ ਜਿਹੜਾ ਇੱਥੇ ਲੰਗਰ ਲਾਇਆ ਹੋਇਆ, ਛਬੀਲ ਲਾਈ ਹੋਈ ਆ ਅਤੇ ਜਨਤਾ ਨੂੰ ਕਹਿ ਰਿਹਾ ਫ੍ਰੀ ਲੰਘੋ, ਅਤੇ ਆ ਬੈਠੇ ਨੇ ਨਾਲ ਰਾਸ਼ਟਰਵਾਦੀ। ਰਾਸ਼ਟਰਵਾਦੀ ਜਿਹੜੇ ਆ, ਇੱਥੇ ਜਿਹੜੀ ਗੱਡੀ ਲੰਘਦੀ ਆ ਉਹਨੂੰ ਕਹਿੰਦੇ 220 ਰੁਪਈਏ ਦੇ, ਜੇ ਨਹੀਂ ਫਾਸਟ ਟੈਗ ਲੱਗਿਆ ਕਹਿੰਦੇ 440 ਰੱਖ।
ਜੇ ਦੁਬਾਰਾ ਫੇਰ ਆ ਗਿਆ ਕਹਿੰਦੇ 440 ਹੁਣ ਫੇਰ ਆ 880 ਰੁਪਏ, 150 ਰੁਪਈਏ ਦਾ ਫਲੋਰ ਤੋਂ ਲੈ ਕੇ ਲੁਧਿਆਣੇ ਤੱਕ ਤੇਲ ਲੱਗਦਾ 200 ਦਾ, ਜੇ ਫਗਵਾੜੇ ਤੱਕ 500 ਦਾ ਤੇਲ ਲੱਗਦਾ, 880 ਇਹ ਰੁਪਏ ਲੈਂਦੇ ਨੇ। ਇਹ ਜਿਹੜੇ 880 ਰੁਪਏ ਵਾਲੇ ਨੇ ਇਹ ਰਾਸ਼ਟਰਵਾਦੀ ਨੇ, ਜਿਹੜਾ ਨਹੀਂ ਦਿੰਦਾ ਫਿਰ ਟਰਾਂਚ ਦੇ ਵਿੱਚ ਇਹਨਾਂ ਨੇ ਗੰਡਾਸੀਆਂ ਰੱਖੀਆਂ ਹੋਈਆਂ, ਲਾਠੀਆਂ ਰੱਖੀਆਂ ਹੋਈਆਂ, ਕਿਰਪਾਨਾਂ ਰੱਖੀਆਂ ਹੋਈਆਂ ਨੇ, ਕੱਲ੍ਹ ਇੱਥੋਂ ਕੱਢੀਆਂ ਮੀਡੀਆ ਦੇ ਸਾਹਮਣੇ, ਉਹਦੀ ਵੀਡੀਓ ਵੀ ਆ ਸਾਡੇ ਕੋਲ। ਇਹ ਰਾਸ਼ਟਰਪਤੀ ਨੇ ਜਿਹੜਾ ਨਹੀਂ ਦਿੰਦਾ ਉਹਦੇ ਫਿਰ ਸ਼ੀਸ਼ੇ ਭੰਨ ਦਿੰਦੇ ਨੇ, ਸਿਰ ਪਾੜ ਦਿੰਦੇ ਨੇ। ਸਾਡਾ ਐਮ ਪੀ ਤੱਕ ਤਾਂ ਇਹਨਾਂ ਨੇ ਛੱਡਿਆ ਨਹੀਂ ਸੀਗਾ, ਉਹ ਵੀ ਉੱਥੇ ਹਰਿਆਣੇ ਵਾਲੇ ਟੋਲ ਪਲਾਜ਼ੇ 'ਤੇ ਬਾਹਰਲੀਆਂ ਸਟੇਟਾਂ ਵਾਲੇ ਰੱਖੇ ਹੋਏ ਨੇ ਕੁੱਟਣ ਨੂੰ ਪੰਜਾਬੀਆਂ ਨੂੰ। ਪੰਜਾਬੀਆਂ ਨੂੰ ਇਸ ਕਰਕੇ ਨਹੀਂ ਰੱਖਦੇ ਵੀ ਇਹਨਾਂ ਨੇ ਪੰਜਾਬੀਆਂ ਨਾਲ ਲਿਹਾਜ਼ ਕਰਨਾ, ਆ ਇਹਨਾਂ ਨੇ ਬਾਹਰਲੀਆਂ ਸਟੇਟਾਂ ਤੋਂ ਰੱਖੇ ਹੋਏ ਨੇ। ਜੇ ਕੋਈ ਦਿਖਾਉਂਦਾ ਇਹਨਾਂ ਨੂੰ ਯਾਰ ਅਸੀਂ ਤਾਂ ਸਾਡਾ ਤਾਂ ਟੋਲ ਪਲਾਜ਼ੇ ਦੇ ਨਾਲੇ ਪਿੰਡ ਆ, ਵੀ 20 ਕਿਲੋਮੀਟਰ ਦੇ ਦਾਇਰੇ ਵਿੱਚ ਤਾਂ ਫ੍ਰੀ ਹੁੰਦਾ, ਵੀ ਅਸੀਂ ਤਾਂ ਲੰਘਦੇ ਹਾਂ, ਸਾਨੂੰ ਕਾਹਨੂੰ ਧੇਰ ਹੀ ਜਾਂਦੇ ਹੋ। ਸੜਕਾਂ ਜ਼ਿਆਦਾ ਮਲਾਈ ਵਰਗੀਆਂ ਹੋਣਗੀਆਂ ਜੀ, ਜਿਹਦੇ ਪੈਸੇ ਵੱਧ ਰੱਖੇ ਹੋਏ ਆ, ਸੜਕਾਂ 'ਤੇ ਜਾ ਕੇ ਕੋਈ ਸਵਾਦ ਵੱਖਰਾ ਤਾਂ ਨਹੀਂ ਆਉਂਦਾ ਵੀ 440 ਰੁਪਏ ਦਾ ਮੁੱਲ ਪੂਰਾ ਉਸ ਹਿਸਾਬ ਨਾਲ ਹੁੰਦਾ ਹੋਵੇ। ਜਿਹੜਾ ਟੋਲ ਪਲਾਜ਼ਾ ਉਦੋਂ ਲੱਗਣਾ ਚਾਹੀਦਾ ਜਦ ਹਾਈਵੇ ਬਣ ਜਾਵੇ, ਸਰਕਾਰ ਪਹਿਲਾਂ ਉਹਨੂੰ ਪੂਰਾ ਹਾਈਵੇ ਜਿਹੜੀ ਫੈਸਿਲਿਟੀ ਹਾਈਵੇ 'ਤੇ ਹੋਣੀ ਚਾਹੀਦੀ ਆ ਉਹ ਪਹਿਲਾਂ ਦੇ ਲਵੇ, ਫਿਰ ਟੋਲ ਲਾ ਲਵੇ। ਹੁਣ ਤੁਸੀਂ ਆਪਾਂ ਦੂਰ ਨਹੀਂ ਜਾਂਦੇ, ਚਲੋ ਪਹਿਲਾਂ ਆਪਾਂ ਇੱਧਰ, ਤੁਸੀਂ ਹੁਣ ਜਾ ਆਇਓ ਆ ਦਿਖਾ ਦਿਓ ਜਰਾ, ਆਹ ਪੁਲ ਸਿੰਗਲ ਆ, ਇਹਨੂੰ ਕਿਉਂ ਨਹੀਂ ਡਬਲ ਕੀਤਾ? ਜਿਹੜਾ ਇਹ ਮੇਨ ਹਾਈਵੇ ਵਾਲਾ ਪੁਲ ਤਾਂ ਬਣਿਆ ਹੋਇਆ, ਜਿਹੜਾ ਥੱਲੇ ਸਰਵਿਸ ਰੋਡ ਵਾਲਾ ਪੁਲ ਆ ਉਹ ਕਿੱਥੇ ਆ? ਆ ਜਿਹੜਾ ਲੋਡੂ ਵਾਲਾ ਪੁਲ ਆ ਇਹ ਵੀ ਹਜੇ ਸਿੰਗਲ ਆ, ਇਹ ਤਾਂ ਹਜੇ ਡਬਲ ਨਹੀਂ ਕੀਤਾ, ਉੱਥੇ ਕਿੰਨੀ ਲਾਈਨ ਲੱਗਦੀ ਆ, ਕਿੰਨੀ ਖਿਆਈ ਆ, ਉਹਦੀ ਗੁਲਾਈ ਵੀ ਆ, ਮੋੜ ਵੀ ਪੈਂਦਾ ਵਾ, ਉਹ ਪੁਲ ਸਿੰਗਲ ਆ। ਔਰ ਜੇ ਪਰੇ ਆਪਾਂ ਜਾਈਏ ਸਰਹੰਦ, ਸਰਹੰਦ ਵੀ ਪੁਲ ਸਿੰਗਲ ਆ, ਹਜੇ ਤੱਕ ਇਹਨਾਂ ਤੋਂ ਉਹ ਨਹੀਂ ਬਣਿਆ ਹੈਗਾ। ਔਰ ਪੁਲ ਜਿਹੜੇ ਪੁਲ ਬਣੇ ਵੀ ਹੋਏ ਆ ਉਹਦੇ ਉੱਤੇ ਐਡਾ ਜਿਹੜਾ ਜੁਆਇੰਟ ਆ, ਜੁਆਇੰਟ ਦੀ ਇਹ ਕਦੇ ਰਿਪੇਅਰ ਨਹੀਂ ਕਰਦੇ, ਗੱਡੀਆਂ ਆਉਂਦੀਆਂ ਨੇ ਠਾਹ ਕਰਕੇ ਵਿੱਚ ਵੱਜਦੀਆਂ, ਥੱਲੋਂ ਸਸਪੈਂਸ਼ਨ ਟੁੱਟ ਜਾਂਦੀ ਹੈ, ਉਹ ਫੈਸਿਲਿਟੀ ਹੈਗੀ ਆ। ਆ ਜਿਹੜਾ ਸਾਈਡ ਦੇ ਜੇ ਇੰਨਾ ਪੈਸਾ ਲੈ ਰਹੇ ਆ, ਇਹਨਾਂ ਨੇ ਇਹ ਰੋਡ ਦੇ ਉੱਤੋਂ ਦਰਖਤ ਪੱਟੇ ਸੀਗੇ ਬਾਈ ਜੀ, ਉਹਨਾਂ ਨੇ ਗੱਲ ਵਧੀਆ ਕਰੀ, ਔਰ ਇਹਨਾਂ ਨੇ ਲਾਉਣੇ ਵੀ ਸੀਗੇ। ਹੁਣ ਤੁਸੀਂ ਸਾਈਡਾਂ ਦੇ ਉੱਤੇ ਦੱਸੋ ਵੀ ਕਿੰਨੇ ਦਰਖਤ ਲਾਏ ਆ ਸਰ? ਕਹਿੰਦੇ ਵਿੱਚ ਲਾ ਤਾਂ ਦਿੱਤੇ ਜੀ, ਉਹ ਝਾੜੀਆਂ ਜੇ ਦੇਖਦੇ ਨਹੀਂ ਤੁਸੀਂ ਲੱਗੀਆਂ ਹੋਈਆਂ, ਉਹ ਇੱਕ ਦਰਖਤ ਦੇ ਤੌਰ 'ਤੇ ਗਿਣੀ ਜਾਂਦੀ ਇੱਕ? ਮੈਂ ਤੁਹਾਨੂੰ ਦੱਸਦਾ, ਇਹ ਸਾਡਾ ਰਾਹੋਂ ਰੋਡ 'ਤੇ ਵੀ ਇੱਕ ਵਾਰੀ ਹੋਇਆ ਸੀ, ਉੱਥੇ ਬਿਜਲੀ ਦੀ ਸਪਲਾਈ ਜਿਹੜੀ ਆ ਬਹੁਤ ਫਾਲਟ ਪੈਂਦਾ ਸੀਗਾ, ਅਤੇ ਜੇ ਇੱਕ ਵਾਰੀ ਉਹ ਦਰਖਤ ਝਾਂਗ ਦਿੱਤੇ ਤਾਂ ਉਹਨਾਂ ਨੇ 65,000 ਰੁਪਇਆ ਜੁਰਮਾਨਾ ਸਾਡੇ ਬੰਦਿਆਂ ਨੂੰ ਕਰ ਦਿੱਤਾ। ਫਿਰ ਉਹ ਇੱਕ ਵਾਰੀ ਸਤਸੰਗ ਆਪਾਂ ਕਿਆ ਕਹਿੰਦੇ ਆਪਣੇ, ਇੱਕ ਵਾਰੀ ਉੱਥੇ ਮੀਟਿੰਗ ਹੋਈ ਸੀਗੀ, ਉੱਥੇ ਮੈਂ ਫਿਰ ਇਹ ਗੱਲ ਕਰੀ, ਮੈਂ ਕਿਹਾ ਵੀ ਗੱਲ ਸੁਣੋ, ਤੁਸੀਂ ਦਰਖਤ ਆਪ ਤੁਸੀਂ ਝਾਂਗਦੇ ਨਹੀਂ, ਛਾਂਗਦੇ ਨਹੀਂ, ਉਹ ਬਿਜਲੀ ਦੀਆਂ ਤਾਰਾਂ ਨਾਲ ਲੱਗਦੇ ਨੇ, ਜੇ ਅਸੀਂ ਝਾਂਗਦੇ ਨੇ ਫਿਰ ਤੁਸੀਂ ਜੁਰਮਾਨਾ ਕਰਦੇ ਹੋ। ਉਹ ਕਹਿੰਦੇ ਜੀ ਸਰਕਾਰ ਦੇ ਦਰਖਤ ਆ, ਤੁਹਾਨੂੰ ਕੀ ਅਧਿਕਾਰ ਆ? ਮੈਂ ਕਿਹਾ ਤੁਸੀਂ ਮੈਨੂੰ ਇਹ ਦੱਸੋ ਪਹਿਲਾਂ ਸਰਕਾਰ ਲਾ ਕੇ ਗਈ ਸੀ ਇਹਨਾਂ ਨੂੰ ਦਰਖਤਾਂ ਨੂੰ? ਉਹ ਬਿਜਲੀ ਦੇ ਕਿਤੇ ਤਾਰ ਦੇ ਉੱਤੇ ਜਾਨਵਰ ਬਹਿ ਜਾਂਦੇ ਨੇ, ਬੈਠ ਕਰ ਦਿੰਦੇ ਨੇ, ਉਹ ਥੱਲੇ ਦਰਖਤ ਜੰਮ ਪੌਦਾ ਉੱਗ ਜਾਂਦਾ ਵਾ, ਉਹ ਹੌਲੀ ਹੌਲੀ ਮੀਂਹਾਂ ਦੇ ਪਾਣੀ ਪੂਣੀ ਦੇ ਨਾਲ ਗਲ ਸੜ ਕੇ ਵਿਚਾਰਾ ਉਹ, ਜਾਂ ਜ਼ਿਮੀਂਦਾਰਾਂ ਦੇ ਖੇਤਾਂ ਦੇ ਵਿੱਚੋਂ ਪਾਣੀ ਜਿਹੜਾ ਸਾਈਡਾਂ ਤੋਂ ਟੁੱਟਦਾ ਜਾਂ ਸਲਾਬੇ ਦੇ ਨਾਲ, ਉਹਦੇ ਨਾਲ ਉਹ ਪਲ ਜਾਂਦਾ ਵਾ। ਜਦੋਂ ਉਹ ਐਡਾ ਕੁ ਮੋਟਾ ਹੋ ਜਾਂਦਾ, ਪਤੰਦਰ ਆ ਕੇ ਆਪਦਾ ਨੰਬਰ ਲਾ ਲੈਂਦੇ ਨੇ, ਕਹਿੰਦੇ ਦਰਖਤ ਸਰਕਾਰੀ ਹੋ ਗਿਆ। ਸਰਕਾਰ ਨੇ ਲਾਏ ਆ ਇਹ? ਸਰਕਾਰ ਦੱਸੇ ਵੀ ਵੀਡੀਓ ਬਣਾ ਕੇ ਕਿਹੜੇ ਸਰ ਕਦੋਂ ਲਾਏ ਸੀ ਇਹਨਾਂ ਨੇ ਦਰਖਤ? ਕੋਈ ਸਰਕਾਰ ਦਰਖਤ ਨਹੀਂ ਲਾਉਂਦੀ ਹੈਗੀ, ਉਹ ਆਪਣੇ ਆਪ ਜਿਹੜੇ ਵਿਚਾਰੇ ਜੰਮ ਜਾਂਦੇ ਆ, ਵੱਡੇ ਹੋ ਜਾਂਦੇ ਆ। ਅੱਜ ਮੱਤੇਆੜੇ ਦੇ ਜੰਗਲ 'ਚ ਪਹਿਲਾਂ ਦੇਖ ਲਓ ਕਿੰਨੇ ਕੁ ਦਰਖਤ ਲਾਏ ਆ, ਸਾਰਾ ਜੰਗਲ ਜਿਹੜਾ ਅੱਧਾ ਨਹੀਂ ਰਹਿ ਗਿਆ, ਜੰਗਲ ਚੌਥਾ ਹਿੱਸਾ ਜਿਹੜਾ ਦਰਖਤ ਖੜੇ ਆ, ਬਾਕੀ ਸਾਰੇ ਜਿਹੜੇ 65-70 ਸਾਲ ਪਹਿਲਾਂ ਜਿਹੜੇ ਦਰਖਤ ਲੱਗੇ ਸੀ, ਉਸ ਤੋਂ ਬਾਅਦ ਕਿੰਨਾ ਦਰਖਤ ਲਾਇਆ ਇਹਨਾਂ ਨੇ? ਸਾਰਾ ਦਰਖਤ ਜਿਹੜਾ ਸਫੈਦਾ ਸੀ ਉਹ ਤਾਂ ਟੋਟਲੀ ਸੁੱਕ ਗਿਆ। ਸਰਕਾਰ ਦਾ ਐਡਾ ਵੀ ਦਿਮਾਗ ਨਹੀਂ ਕਰਦਾ। ਹਿਮਾਚਲ ਦੇ ਵਿੱਚ ਕਾਨੂੰਨ ਆ ਵੀ ਉਹ ਹਰੇ ਦਰਖਤ ਨੂੰ ਉਹ ਜਿੰਦਾ ਦਰਖਤ ਮੰਨਦੇ ਆ, ਵੀ ਇਹਦੇ 'ਚ ਜਾਨ ਆ, ਜਿਹੜਾ ਵੱਢੂ ਵਾਸਤੇ ਪਰਚਾ ਸਰਕਾਰ ਨਾ ਆਪ ਵੱਢੇ ਨਾ ਕਿਸੇ ਨੂੰ ਵੱਢਣ ਦੇਵੇ। ਲੇਕਿਨ ਜਿਹੜਾ ਦਰਖਤ ਸੁੱਕ ਜਾਂਦਾ ਉਹਨੂੰ ਮਰਿਆ ਜਾਣਿਆ ਜਾਂਦਾ, ਵੀ ਇਹ ਦਰਖਤ ਮਰ ਗਿਆ, ਉਹਨੂੰ ਵੱਢ ਕੇ ਉਹਦੀ ਲੱਕੜੀ ਵੇਚ ਕੇ ਯਾਰ ਕੋਈ ਸੜਕਾਂ ਬਣਾ ਦਿਓ, ਕੋਈ ਕਿਸੇ ਉਹਦੀ ਡਿਵੈਲਪਮੈਂਟ ਦਾ ਕੰਮ ਕਰ ਲਓ।
ਉਹ ਸਾਰੇ ਦਰਖਤ ਉੱਥੇ ਜੰਗਲ ਦੇ ਵਿੱਚ ਸੁੱਕੀ ਜਾਂਦੇ ਆ, ਨਵਾਂ ਲਾ ਰਹੇ ਨੇ, ਪਹਿਲਾਂ ਵੱਢਦੇ ਨਹੀਂ, ਹਨੇਰੀ ਚੱਲਦੀ ਆ, ਉਹ ਸੁੱਕੇ ਪਏ ਆ, ਟੁੱਟ ਜਾਂਦੇ ਆ, ਲੋਕ ਵੱਢ ਵੱਢ ਕੇ ਚੱਕ ਲੈ ਜਾਂਦੇ। ਇਹ ਇਲਜ਼ਾਮ ਤੁਹਾਡੇ 'ਤੇ ਵੀ ਲਾਉਂਦੇ ਨਾ ਹੋਵੇ, ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਜਾਂ ਖੇਤੀ ਨਾਲ ਜੁੜੇ ਨਹੀਂ ਹੋਏ ਜਾਂ ਖੇਤੀ ਨਾਲ ਜੁੜੇ ਹੋਏ ਵੀ ਕੁਛ ਕਹਿੰਦੇ ਆ ਵੀ ਤੁਸੀਂ ਭਾਈ ਕਣਕਾਂ ਦੇ ਨਾੜ ਨੂੰ ਫਿਰ ਅੱਗ ਲਾਉਂਦੇ ਆ, ਤੁਸੀਂ ਵੀ ਤਾਂ ਆਸੇ ਪਾਸੇ ਦੇ ਬੂਟੇ ਫੂਕਦੇ, ਇਹ ਤੁਸੀਂ ਉਹਨਾਂ ਨੂੰ ਗਲਤ ਕਹੋਗੇ ਫਿਰ? ਉਹ ਕਹਿੰਦੇ ਵੀ ਤੁਸੀਂ ਹੋਰ ਮਸਲਿਆਂ 'ਚ ਵੜ ਜਾਂਦੇ ਹੋ, ਜਦੋਂ ਆਪਣੇ ਕਿਸਾਨ ਗਲਤੀਆਂ ਕਰਦੇ ਉਹਨਾਂ ਨੂੰ ਤੁਸੀਂ ਟੋਕਦੇ ਨਹੀਂ, ਇਹਦੇ ਬਾਰੇ ਕੀ ਕਹੋਗੇ? ਸਰਕਾਰ ਦੀਆਂ ਗੱਲਾਂ ਦੀ ਹੁਣ ਅਸੀਂ ਬਹੁਤੀ ਪਰਵਾਹ ਨਹੀਂ ਕਰਦੇ, ਇਹ ਜਿਹੜਾ ਝੂਠ ਦਾ ਝੂਠ ਦੀਆਂ ਪੰਡਾਂ ਨੇ ਸਰਕਾਰਾਂ। ਸਰਕਾਰ ਨੇ ਕਦੇ ਜਦ ਜ਼ਿਮੀਂਦਾਰ ਦੀ ਫਸਲ ਨੂੰ ਅੱਗ ਲੱਗ ਜਾਂਦੀ ਆ, ਕਦੇ ਸਰਕਾਰ ਦੀ ਨਿਗਾਹ ਉਹਦੇ 'ਤੇ ਗਈ? ਜਾਂ ਜਿਹੜੇ ਆ ਬੁੱਧੀਜੀਵੀ ਬੋਲਦੇ ਨੇ, ਬੜਾ ਪ੍ਰਚਾਰ ਕਰਦੇ ਨੇ, ਕਿਸਾਨ ਜਿਹੜੇ ਅੱਗ ਲਾਉਂਦੇ ਨੇ, ਕਦੇ ਇਹਨਾਂ ਦੀ ਨਿਗਾਹ ਗਈ? ਕੋਈ ਵੀਡੀਓ ਬਣਾ ਕੇ ਇਹਨਾਂ ਨੇ ਪਾਈ? ਕਿਸੇ ਨੇ ਫੰਡ ਦਵਾਇਆ ਕਿਸਾਨਾਂ ਨੂੰ? ਸਾਡੇ ਪਿੰਡ ਦੀ ਗੱਲ ਆ, ਮੇਰੇ ਕਿਹਾ ਇੱਥੇ ਮੁੰਡਾ ਖੜਾ ਹੋਣਾ ਚਾਹੀਦਾ ਗੁਰਮੁਖ ਸਿੰਘ, ਉਹਨੂੰ ਬੁਲਾ ਲੈਂਦੇ ਹਾਂ ਤੁਹਾਡੇ ਸਾਹਮਣੇ। ਆ ਇਹਨਾਂ ਦੀਆਂ ਜਿਹੜੀਆਂ ਬਿਜਲੀ ਦੀਆਂ ਤਾਰਾਂ, ਜਦੋਂ ਦੀ ਬਿਜਲੀ ਆਈ ਆ ਉਦੋਂ ਦੀਆਂ ਪਤਲੀਆਂ ਪਾਈਆਂ ਸੀ, ਉਦੋਂ ਪਹਿਲੀ ਕਿਸੇ ਦੇ ਮੋਟਰ ਹੁੰਦੀ ਸੀ, ਉਸ ਤੋਂ ਬਾਅਦ ਪਤਾ ਨਹੀਂ ਕਿੰਨੀਆਂ ਕੁ ਮੋਟਰਾਂ ਲੱਗ ਗਈਆਂ, ਕਿੰਨੀਆਂ ਕੁ ਰਹਿਸ਼ਾਂ ਆ ਗਈਆਂ, ਉਹ ਤਾਰਾਂ ਇਹਨਾਂ ਨੇ ਕਦੇ ਬਦਲੀਆਂ ਨਹੀਂ। ਜਦੋਂ ਉਹਦੇ 'ਤੇ ਲੋਡ ਪੈਂਦਾ ਇਹੋ ਜਿਹੀ ਗਰਮੀ ਦੇ ਵਿੱਚ, ਉਦੋਂ ਜਿਹੜੀਆਂ ਉਹ ਸਪਾਰਕ ਮਾਰਦੀਆਂ ਨੇ, ਹਵਾ ਹਵਾ ਚੱਲਦੀ ਆ, ਉਹ ਅੱਗ ਲੱਗ ਜਾਂਦੀ ਆ। ਇਹਨਾਂ ਦਾ ਸਾਰਾ ਨਾੜ ਸਣ ਕੇ ਕਣਕ ਇਹਨਾਂ ਨੇ ਵੱਢੀ ਹੋਈ ਸੀ, ਉੱਥੋਂ ਚੰਗਿਆੜੇ ਪਏ ਟਰਾਫਾਂ ਤੋਂ, ਮੈਨੂੰ ਲੱਗਦਾ ਉਹਦੇ 15-20 ਕਿੱਲਿਆਂ ਦਾ ਲਾਣ ਜਿਹੜਾ ਉਹ ਨੀਰਾ ਜਿਹੜਾ ਤੂੜੀ ਬਣਾ ਕੇ ਡੰਗਰਾਂ ਨੂੰ ਉਹ ਸਾਰਾ ਸਾਲ ਵਰਤਣਾ ਸੀਗਾ, ਉਹ ਸਾਰਾ ਹੀ ਅੱਗ ਲੱਗ ਗਈ। ਕਿਸੇ DC ਦਾ, ਕਿਸੇ SDM ਦਾ, ਜਿਹੜੇ ਪੁਲਿਸ ਦਾ ਚੌਂਕੀ ਆ, ਬਿਜਲੀ ਬੋਰਡ ਆ, ਕਿਸੇ ਦਾ ਧਿਆਨ ਉੱਥੇ ਗਿਆ, ਉਹਨਾਂ ਨੂੰ ਫੋਨ ਵੀ ਕਰਿਆ ਵੀ ਭਾਈ ਤੁਹਾਡੇ ਇੱਥੇ ਬਿਜਲੀ ਸਪਾਰਕ ਹੋਣ ਦੇ ਨਾਲ ਇਹਨੂੰ ਅੱਗ ਲੱਗੀ ਆ, ਕੌਣ ਜ਼ਿੰਮੇਵਾਰ ਆ? ਕੱਲ੍ਹ ਨੂੰ ਪੁਲਿਸ ਆ ਕੇ ਸਾਡੇ 'ਤੇ ਪਰਚਾ ਕਰ ਜੂਗੀ। ਕਿਸੇ ਨੇ ਧਿਆਨ ਨਹੀਂ ਦਿੱਤਾ, ਚੁੱਪ ਕਰਕੇ ਬਹਿ ਗਏ ਆ, ਉਹਨਾਂ ਨੂੰ ਦਿੰਦੇ ਮੁਆਵਜ਼ਾ? ਉਹਨਾਂ ਨੇ ਤੂੜੀ ਮੁੱਲ ਲੈਣੀ ਆ, ਕਿੱਥੋਂ ਲੈਣਾ? ਇੰਨੀ ਤੂੜੀ ਮੁੱਲ ਲੈ ਕੇ ਡੰਗਰਾਂ ਨੂੰ ਪਾਣੀ ਕਿਤੇ ਸੌਖੀ ਆ, ਜਿਹਨੇ 10-20 ਡੰਗਰ ਰੱਖੇ ਆ? ਉੱਧਰ ਨਹੀਂ ਧਿਆਨ ਜਾਂਦਾ ਸਰਕਾਰ ਦਾ। ਜਿਹੜੇ ਸਰਕਾਰ ਦੀ ਗਲਤੀ ਦੇ ਨਾਲ ਬਿਜਲੀ ਦੀਆਂ ਲਾਈਨਾਂ ਸਪਾਰਕ ਹੋਣ ਦੇ ਨਾਲ ਕੋਈ ਬੰਦਾ ਸਿਗਰਟ ਪੀ ਜਾਵੇ, ਉਹ ਕਿਸੇ ਨੇ ਡੈਗੀ ਕਿਤੇ ਸੜਕ ਦੇ ਕੰਢੇ, ਉਹਦੇ ਨਾਲ ਅੱਗ ਪੈ ਜਾਂਦੀ, ਉਹ ਉੱਧਰ ਕਦੇ ਧਿਆਨ ਜਾਂਦਾ? ਕਿਸਾਨ ਨਹੀਂ ਕਦੇ ਜਾਲਦਾ ਹੈਗਾ। ਨਾਲੇ ਤੁਹਾਨੂੰ ਮੈਂ ਇੱਕ ਹੋਰ ਦੱਸਦਾ, ਕਿਸਾਨ ਜਦੋਂ ਵੀ ਜਿਨ੍ਹਾਂ ਕੋਲ ਟਰੈਕਟਰ ਹੈਗੇ ਆ, ਜ਼ਿਆਦਾਤਰ ਉਹ ਕਿਸਾਨ ਆਲੇ ਦੁਆਲੇ ਗੇੜੇ ਲਾ ਲੈਂਦੇ ਨੇ, ਫੇਰ ਹੀ ਅੱਗ ਲਾਉਂਦੇ ਨੇ। ਪਹਿਲੀ ਗੱਲ, ਅੱਗ ਲਾਉਂਦੇ ਨਹੀਂ। ਸਾਡਾ ਏਰੀਏ ਦੇ ਵਿੱਚ ਤਾਂ ਮੇਰੇ ਖਿਆਲ ਵਿੱਚ ਨਾ ਮਾਤਰ ਸਾਹਿਬ ਕਿਤੇ ਕਿਤੇ ਲਾਉਂਦੇ ਵੀ ਨੇ, ਉਹਦੇ ਵਿੱਚ ਕਿਸਾਨ ਦੀ ਮਜਬੂਰੀ ਨਹੀਂ ਸਮਝਦੀ ਕਦੇ ਵੀ ਸਰਕਾਰ। ਕਿਸਾਨ ਅੱਗ ਕਿਉਂ ਲਾਉਂਦਾ ਕਦੇ ਕਿਸੇ ਨੇ ਜਾਣਨ ਦੀ ਕੋਸ਼ਿਸ਼ ਕਰੀ? ਮੈਂ ਦੱਸਦਾ, ਅਸੀਂ ਕਿਸਾਨ ਹਾਂ, ਕਿਸਾਨ ਕਿਉਂ ਅੱਗ ਲਾਉਂਦਾ? ਜਦ ਅੱਜ ਤੋਂ ਕਈ ਸਾਲ ਪਹਿਲਾਂ ਅਸੀਂ ਅੱਗ ਲਾਉਂਦੇ ਸੀ, ਉਦੋਂ ਕੀ ਹੁੰਦਾ ਸੀ, ਉਹ ਅੱਗ ਦੇ ਨਾਲ ਜਿਹੜਾ ਨਦੀਨ ਆ, ਜਿਹੜਾ ਆਉਂਦੇ ਜਿਹੜੇ ਫਾਲਤੂ ਪੌਦੇ ਵਿੱਚ ਉੱਗਦੇ ਆ ਫਸਲ ਨੂੰ, ਗੁੱਲੀ ਡੰਡਾ ਜਿਵੇਂ ਲਾ ਲਈਏ ਜਾਂ ਈਡਰ ਲਾ ਲਈਏ ਝੋਨੇ ਦੇ ਵਿੱਚ, ਉਹ ਜਿਹੜਾ ਹੋਰ ਬੂਟੀਆਂ ਨੇ ਬਹੁਤ ਸਾਰੀਆਂ ਲੇਹ ਆ, ਉਹ ਜਿਹੜੇ ਜੁਆਸੇ ਆ ਵਿੱਚ ਜੰਮ ਜਾਂਦੇ ਸੀ, ਉਹ ਅੱਗ ਲੱਗਣ ਦੇ ਨਾਲ ਕੀ ਸੀ, ਜਿਹੜਾ ਉਹਨਾਂ ਦਾ ਬੀਜ ਪੱਕ ਕੇ ਡਿੱਗਿਆ ਹੁੰਦਾ ਸੀਗਾ, ਉਹ ਅੱਗ ਦੇ ਨਾਲ ਸਾਰਾ ਜਿਹੜਾ ਨਾ ਉਹ ਨਿਸ਼ਕਰਿਆ ਹੋ ਜਾਂਦਾ ਸੀ, ਮਤਲਬ ਉਹ ਅਗਲੇ ਸਾਲ ਨਹੀਂ ਸੀ ਜੰਮਦਾ, ਉਹ ਜਲ ਜਾਂਦਾ ਸੀਗਾ, ਅਤੇ ਸਾਨੂੰ ਉਹਦੇ ਵਿੱਚ ਬਹੁਤੀਆਂ ਸਪਰੇਆਂ ਦੀ ਨਹੀਂ ਲੋੜ ਪੈਂਦੀ ਸੀਗੀ। ਹੁਣ ਕੀ ਹੁੰਦਾ, ਜਦੋਂ ਦਾ ਸਰਕਾਰ ਨੇ ਇਹ ਅੱਗ ਲਾਉਣੀ ਬੰਦ ਕੀਤੀ ਆ, ਉਦੋਂ ਦਾ ਕੀ ਹੋਇਆ, ਉਹ ਜਿਹੜਾ ਨਦੀਨ ਆ ਹੁਣ ਅੱਗ ਨਹੀਂ ਲੱਗਦੀ, ਅਸੀਂ 4-4 ਵਾਰੀ ਸਪਰੇ ਕਰਦੇ ਹਾਂ, ਉਹ ਨਦੀਨ ਹੀ ਨਹੀਂ ਸਾਡੇ ਕੋਲੋਂ ਸੜਦਾ, ਉਦੋਂ ਦਾ ਝਾੜ ਜਿਹੜਾ ਕਣਕਾਂ ਦਾ ਵਾ ਝੋਨੇ ਦਾ ਉਹ ਘੱਟ ਗਿਆ, ਸਾਰੀ ਫਸਲ ਡਿੱਗ ਜਾਂਦੀ ਆ। ਉਹ ਜਿਹੜਾ ਗੁੱਲੀ ਡੰਡਾ ਵਾ, ਗੁੱਲੀ ਡੰਡਾ ਕਣਕ ਦੇ ਉੱਪਰ ਨਿਕਲ ਜਾਂਦਾ, ਜਦੋਂ ਮਾੜੀ ਜਿਹੀ ਹਵਾ ਚੱਲਦੀ ਆ, ਪਾਣੀ ਲਾਉਂਦੇ ਆ, ਸਾਰੀ ਡਿੱਗ ਜਾਂਦੀ ਆ। ਇਹ ਕਿਸੇ ਐਗਰੀਕਲਚਰ ਦੇ ਮਾਹਰ ਨੂੰ ਜਾਂ ਸਰਕਾਰ ਨੂੰ ਜਾਂ ਖੇਤੀਬਾੜੀ ਮੰਤਰੀ ਨੂੰ ਪਤਾ ਹੈਗਾ ਤਾਂ ਮੇਰੇ ਨਾਲ ਬਹਿਸ ਕਰਾ ਦਿਓ, ਮੈਂ ਇੱਕ ਆਮ ਬੰਦਾ ਕਿਸਾਨ ਹਾਂ, ਮੈਂ ਕੋਈ ਬਹੁਤਾ ਪੜ੍ਹਿਆ ਲਿਖਿਆ ਵੀ ਨਹੀਂ, ਆ ਜਾਣ ਪੇ ਦੇ ਪੋਤਾ ਤਾਂ ਮੇਰੇ ਨਾਲ ਬਹਿ ਕੇ ਡਿਬੇਟ ਕਰ ਲੈਣ, ਦੱਸਦੇ ਇਹਨਾਂ ਨੂੰ। ਇੱਧਰ ਆਈਏ ਫਿਰ, ਜਦੋਂ ਤੁਸੀਂ ਇੱਥੇ ਆਏ ਸੀ, ਇਹਨਾਂ ਦੇ ਨਾਲ ਗੱਲਬਾਤ ਹੋਈ, ਕੋਈ ਚਰਚਾ ਇਹਨਾਂ ਦੇ ਨਾਲ ਵੀ ਹੋਈ ਹੈ ਜਾ ਕੇ ਇਹ ਮੋਰਚਾ ਕਿਉਂ ਕੱਢਣਾ ਪੈ ਗਿਆ ਤੁਹਾਨੂੰ? ਕੋਈ ਬੈਕ ਟੇਬਲ ਟਾਕ ਨਹੀਂ ਹੋ ਸਕੀ, ਕਿਸੇ ਗੱਲ 'ਤੇ ਨਿਬੜਿਆ ਨਹੀਂ ਸੀ ਜੋ ਤੁਹਾਨੂੰ ਇੱਥੇ ਆ ਕੇ ਬਹਿਣਾ ਪੈ ਗਿਆ? ਦੇਖੋ, ਜਦ ਵੀ ਕੋਈ ਮੋਰਚਾ ਲੱਗਦਾ ਐਵੇਂ ਨਹੀਂ ਲੱਗਦਾ, ਪਹਿਲਾਂ ਲਿਖਤੀ ਦਿੱਤਾ ਜਾਂਦਾ। ਬਹੁਤ ਵਾਰੀ ਇਹਦੀ ਕੰਪਲੇਂਟ ਹੋ ਚੁੱਕੀ ਆ ਵੀ ਇਹ ਤੁਸੀਂ 6 ਮਹੀਨਿਆਂ ਦੇ ਵਿੱਚ 3 ਵਾਰੀ ਰੇਟ ਵਧਾ ਰਹੇ ਆ, ਹੋਰ ਸਟੇਟਾਂ ਦੇ ਵਿੱਚ ਕਿਉਂ ਨਹੀਂ ਲੱਗਦੇ ਇੰਨੇ ਟੋਲ? ਹਿਮਾਚਲ ਦੇ ਵਿੱਚ, ਹਿਮਾਚਲ 'ਚ ਕਿੰਨੇ ਟੋਲ ਨੇ? ਸਿਰਫ ਉੱਥੇ ਇੱਕ 50 ਰੁਪਏ ਐਂਟਰੀ ਫੀਸ ਆ, ਜੇ ਸਾਰਾ ਹਿਮਾਚਲ ਘੁੰਮ ਲਓ। ਅਤੇ ਪੰਜਾਬ ਦੇ ਵਿੱਚ ਇਹਨਾਂ ਨੇ ਤਾਂ ਐਂ ਨਾਕੇ ਲੱਗੇ ਲਾਏ ਹੋਏ ਆ, ਜਿਵੇਂ ਅੱਤਵਾਦ ਵੇਲੇ ਹਰ ਚੌਂਕ ਦੇ ਵਿੱਚ CRP ਖੜ੍ਹੀ ਹੁੰਦੀ ਸੀ, ਐਵੇਂ ਨਾਕੇ ਲਾਏ ਹੋਏ ਇਹਨਾਂ ਨੇ ਟੋਲ ਦੇ।
ਮਤਲਬ ਕੀ ਆ, ਪੰਜਾਬ ਦੇ ਜੇਬ ਦੇ ਵਿੱਚ ਪੈਸਾ ਇਹਨਾਂ ਨੇ ਛੱਡਣਾ ਨਹੀਂ ਹੈਗਾ, ਪੇਦਿਆਂ ਪੁੱਤਾਂ ਨੇ ਇਹਨਾਂ ਨੇ ਸਾਰਾ ਪੰਜਾਬ ਦਾ ਪੈਸਾ ਜਿਹੜਾ ਲੁੱਟ ਕੇ ਦਿੱਲੀ ਲੈ ਕੇ ਜਾਣਾ ਇਹਨਾਂ ਨੇ। ਉੱਥੋਂ ਜਿਹੜੇ ਆ ਗੁਜਰਾਤੀ ਲੈ ਕੇ ਫਿਰ ਬਾਹਰੋਂ ਭੱਜ ਲੈਂਦੇ ਆ, ਜਿੰਨੇ ਮੇਰੇ ਤੋਂ ਤੁਹਾਨੂੰ ਵੀ ਪਤਾ ਜਾਂ ਡਿਟੇਲ ਦੇਖ ਦਿਓ ਫੇਸਬੁੱਕ 'ਤੇ ਆਉਂਦਾ ਵੀ ਅੱਜ ਤੱਕ ਜਿੰਨੇ ਗਦਾਰ ਭੱਜੇ ਨੇ ਉਹ ਗੁਜਰਾਤ ਵਿੱਚੋਂ ਭੱਜੇ ਨੇ, ਸਾਰਾ ਪੈਸਾ ਲੈ ਕੇ। ਪੰਜਾਬੀਆਂ ਦੇ ਨਾਂ ਦੱਸੋ ਕਿੰਨੇ ਪੰਜਾਬੀ ਆ, ਦੱਸਣ ਇਹ ਕਿਹੜਾ ਪੰਜਾਬੀ ਪੈਸਾ ਲੈ ਕੇ ਇੰਡੀਆ ਦਾ ਭੱਜਿਆ। ਹੁਣ ਇਹ ਟੋਲ ਦਾ ਜਿਹੜਾ ਇੰਨਾ ਰੇਟ ਲਾਉਣ ਦਾ ਕੋਈ ਉਹਨਾਂ ਨੇ ਕਾਰਨ ਦੱਸਿਆ, ਕੋਈ ਵਜ੍ਹਾ ਦੱਸੀ ਆ ਵੀ ਬਾਕੀ ਟੋਲਾਂ ਦੇ ਨਾਲੋਂ ਇਹਨਾਂ ਦੇ ਰੇਟ ਕਿਉਂ ਵੱਧਦਾ ਜੀ? ਕੋਈ ਕਾਰਨ ਤਾਂ ਦੱਸਿਆ ਹੋਊਗਾ ਤੁਹਾਨੂੰ? ਕਾਰਨ ਹੈਗੇ ਨੇ, ਸਾਨੂੰ ਨਹੀਂ ਪਤਾ, ਇਲੈਕਟ੍ਰੀਕਲ ਬੌਂਡ ਹੋਇਆ ਉਹਦੇ ਵਿੱਚ ਸਾਰੀ ਗੱਲ ਖੋਲ੍ਹ ਕੇ ਦੱਸੀ ਗਈ ਆ। ਸਾਰੀਆਂ ਕੰਪਨੀਆਂ ਤੋਂ ਜਿੰਨੀਆਂ ਵੀ ਹੈਗੀਆਂ ਵੱਡੇ ਵੱਡੀਆਂ ਕੰਪਨੀਆਂ ਵਾਂ, ਵੱਡੇ ਵੱਡੇ ਅਦਾਰੇ ਨੇ, ਸਾਰਿਆਂ ਤੋਂ ਉਹਨਾਂ ਨੇ 500 ਕਰੋੜ 550 ਕਰੋੜ ਰੁਪਈਆ ਲਿਆ ਵਾ। ਫਿਰ ਵਜ੍ਹਾ ਤਾਂ ਸਾਫ਼ ਇਹ ਆ ਵੀ ਇਹਨਾਂ ਨੂੰ ਖੁੱਲ੍ਹ ਦਿੱਤੀ ਆ ਵੀ ਇਹਨਾਂ ਨੇ ਵੀ ਪੂਰਾ ਕਰਨਾ, ਇਹਨਾਂ ਨੇ ਕਿਹੜਾ ਵੀ ਜੇਬ ਵਿੱਚੋਂ ਦੇਣਾ ਵਾ, ਤੁਹਾਡੀ ਇਹ ਤਾਂ ਜਨਤਾ ਦੀ ਲੁੱਟ ਕਰਕੇ ਇਹਨਾਂ ਨੇ ਪੂਰਾ ਕਰਨਾ ਵਾ। ਆ ਜਿਹੜੇ ਦਵਾਈਆਂ ਦੇ ਰੇਟ ਸੀ 1760 ਰੁਪਏ ਦੀ, ਜਿਹੜੀ ਦਵਾਈ ਆਉਂਦੀ ਜੋ 2080 ਰੁਪਏ ਦੀ ਆਉਂਦੀ ਆ ਦਵਾਈ, ਉਹ ਕਹਿੰਦੇ ਥੋੜ੍ਹੇ ਜਿਹੇ ਦਿਨ ਹੋਰ ਠਹਿਰੋ, ਆ ਵੋਟਾਂ ਦੇ ਬਾਅਦ ਵਧਾ ਦਿੱਤੀ। ਮਤਲਬ ਉਹ ਕੰਪਨੀ ਨੇ ਪੈਸਾ ਦਿੱਤਾ ਹੋਊਗਾ ਇਹਨਾਂ ਨੂੰ ਵੋਟਾਂ ਦੇ ਵਿੱਚ, ਉਹ ਆਪਣੀ ਮਰਜ਼ੀ ਨਾਲ ਉਹਨਾਂ ਨੇ ਚੱਕਦੇ ਹੁਣ ਫਿਰ ਕਿੱਥੇ ਕਿੱਥੇ ਨਿਬੜੂਗਾ ਜੀ ਹੁਣ ਮਸਲਾ? ਫਿਰ ਇਹ ਮਸਲਾ ਤਾਂ ਇੱਥੇ ਨਿਬੜੂਗਾ, ਇਹਦੇ ਜਿਹੜੇ ਜਾਂਦਾ ਇਹਨੂੰ ਬੰਦ ਕਰਨਾ। ਪਹਿਲੀ ਗੱਲ ਆ, ਬਹੁਤ ਯਾਰ ਕਿੰਨੇ ਸਾਲ ਹੋ ਗਏ ਇਹ ਰੋਡ ਦੇ ਉੱਤੇ, ਨਵਾਂ ਦੱਸਣ ਇਹ ਕੀ ਕਰਿਆ? ਮਿਆਦ ਕੀ ਹੈ ਜੀ? ਪਹਿਲਾਂ ਅਸੀਂ ਵੀ ਇਹ 6 ਟਰੈਕ ਬਣਾਇਆ ਸੀਗਾ, ਹੁਣ 8 ਕਰਤਾ, ਅਸੀਂ 10 ਟਰੈਕ ਬਣਾਤੇ। ਕੋਈ ਬਣਾਇਆ, ਕੋਈ ਪੁਲ ਬਣਾਇਆ ਨਵਾਂ ਇਹਨਾਂ ਨੇ, ਕੋਈ ਅੰਡਰਪਾਸ ਨਵਾਂ ਬਣਾਇਆ? ਯਾਰ ਕਦੋਂ ਦਾ ਲੱਗਿਆ, ਲਾਈਟਾਂ ਇਹਨਾਂ ਦੀਆਂ ਨਹੀਂ ਚੱਲਦੀਆਂ, ਇਹਨੂੰ ਬੰਦ ਕਰਨ, ਇਹਨੂੰ ਨਹੀਂ ਆ ਤਾਂ ਚਲੋ ਮੰਨਦੇ ਹਾਂ, ਇਹਦਾ ਪੈਸਾ ਜੇ ਇਕੱਠਾ ਕਰਕੇ ਸਰਕਾਰ ਪਿੰਡਾਂ ਵਾਲੀਆਂ ਲਿੰਕ ਸੜਕਾਂ ਬਣਾ ਦੇਵੇ, ਚਲੋ ਲਾ ਲੈਣ, ਕੋਈ 100 ਰੁਪਈਆ ਹੋਵੇ, ਜਾਇਜ਼ ਗੱਲ ਕਰਨ, 100-150 ਰੁਪਈਆ ਅਪ ਡਾਊਨ ਹੋਵੇ, 24 ਘੰਟੇ ਦੀ ਪਰਚੀ ਹੋਵੇ, ਇੱਧਰ ਨੂੰ ਲੰਘ ਜਾਓ 220, ਅੱਧੇ ਘੰਟੇ ਬਾਅਦ ਇੱਧਰ ਨੂੰ ਆ ਜਾਓ 220, ਨਹੀਂ ਨਹੀਂ ਤੁਹਾਡੇ ਕੋਲ ਹੈਗਾ ਅਤੇ ਵਿੱਚ 400, ਉਹ ਕਹਿੰਦਾ 220 ਦਾ ਇਹ 440 ਕਰ ਦਿੰਦੇ, 880 ਕਰ ਦਿੰਦੇ ਨੇ। ਫਾਸਟੈਗ ਤੋਂ ਬਿਨਾਂ 880 ਦੇਣਾ ਪੈਂਦਾ? ਬਿਲਕੁਲ, ਉਹਦਾ ਛੋਟੀ ਗੱਡੀ ਦਾ ਦੱਸ ਦਿਆਂ 2345 ਰੁਪਏ ਵੀ ਦੇ ਕੇ ਜਾਂਦੇ ਨੇ ਦੂਜੀਆਂ ਗੱਡੀਆਂ। 2345 ਰੁਪਏ ਜੀ, ਤੁਸੀਂ ਲਿਸਟਾਂ ਪੜ੍ਹ ਲਓ, ਆਹ ਕਿਸੇ ਦੀ 1345 ਆ, ਕਿਸੇ ਦੀ 2345 ਆ, ਆਹ ਦੇਖ ਲਓ ਲਿਸਟਾਂ ਪੜ੍ਹ ਕੇ ਇਹਨਾਂ ਦਾ। ਉਹ ਯਾਰ ਲੁੱਟ ਪਾਈ ਪਈ ਆ ਇਹਨਾਂ ਨੇ, ਲੋਕ 8000 ਰੁਪਈਏ ਸੈਲਰੀ ਦੇ ਉੱਤੇ ਕੰਮ ਕਰਦੇ ਨੇ, ਕੋਈ ਬੰਦਾ ਉਹ ਆਪਣੇ 8000-10000 ਦੇ ਉੱਤੇ ਮਿਨੀਮਮ। ਪਹਿਲੀ ਗੱਲ ਤਾਂ ਇਹ ਸਰਕਾਰੀ ਰੇਟ ਜਿਹੜਾ ਸਰਕਾਰ ਨੇ ਤੈਅ ਕੀਤਾ 11,800 ਰੁਪਈਆ ਲੇਬਰ ਨੂੰ ਜਿਹੜੀ ਆ, ਉਹਨਾਂ ਨੇ ਘੱਟ ਤੋਂ ਘੱਟ ਜਿਹੜੀ ਆ ਉਹਨਾਂ ਦੀ ਮਿਹਨਤ ਤੈਅ ਕੀਤੀ ਹੋਈ ਆ ਵੀ ਇੰਨੀ ਤਨਖਾਹ ਘੱਟ ਤੋਂ ਘੱਟ ਦੇਣੀਆਂ। ਫਿਰ ਕਿਵੇਂ ਫੈਕਟਰੀਆਂ 6-6 ਹਜ਼ਾਰ 'ਤੇ ਕੰਮ ਕਰਾਉਂਦੀਆਂ, 8000 'ਤੇ ਮਜ਼ਦੂਰਾਂ ਤੋਂ 10000 'ਤੇ ਕਿਵੇਂ ਕੰਮ ਕਰਾਉਂਦੀਆਂ? ਹੁਣ 10000 ਰੁਪਈਏ ਦੇ ਵਿੱਚ ਆਪਣੇ ਬੱਚੇ ਪਾਲੇ, ਉਹਨਾਂ ਦੀ ਪੜ੍ਹਾਈ ਕਰਾਵੇ, ਦਵਾਈ ਦਵਾਵੇ, ਬਿਜਲੀ ਦਾ ਬਿੱਲ ਦੇਵੇ, ਉਹ ਗੈਸ ਸਿਲੰਡਰ ਭਰਾਵੇ, ਜਾਂ ਇਹਨਾਂ ਨੂੰ ਪੈਸੇ ਦੇਵੇ। ਦੱਸੋ ਯਾਰ, ਤੁਹਾਡਾ ਝੋਨੇ ਦਾ ਵੀ ਉੱਧਰ ਸੀਜ਼ਨ ਆ ਜੀ, ਫਿਰ ਬੈਠੇ ਰਹੋਗੇ ਇੱਥੇ ਕਿੰਨਾ ਚਿਰ ਬੈਠੋਗੇ? ਜਦ ਤੱਕ ਇਹਨੂੰ ਵਾਜਬ ਰੇਟ ਨਹੀਂ ਕਰਦੇ ਅਸੀਂ ਬੈਠੇ ਹਾਂ। ਇਹ ਤਾਂ ਹਜੇ ਤੁਸੀਂ ਥੋੜ੍ਹੇ ਦਿਨ ਝੋਨਾ ਲੱਗ ਲੈਣ ਦਿਉ, ਅੱਜ ਤੁਹਾਡੇ ਸਾਹਮਣੇ ਕਹਿੰਦਾ, ਮੀਡੀਆ ਦੇ ਸਾਹਮਣੇ, ਇਹ ਹੁਣ ਮਸਲਾ ਲੋਡੂਵਾਲ ਟੋਲ ਦਾ ਨਹੀਂ ਰਹਿਣਾ ਜਿੰਨਾ ਇਹਨਾਂ ਨੇ ਰੇਟ ਕਰਨਾ। ਜੇ ਤਾਂ ਇਹਦਾ 1-2 ਦਿਨਾਂ ਦੇ ਵਿੱਚ ਇਹਨਾਂ ਨੇ ਹੱਲ ਕੱਢ ਦਿੱਤਾ, ਠੀਕ ਆ, ਜ਼ਿਮੀਂਦਾਰ ਵਿਹਲੇ ਹੋ ਜਾਣੇ ਝੋਨਾ ਲਾ ਕੇ, ਪੂਰੇ ਪੰਜਾਬ ਦੇ ਟੋਲ ਪਲਾਜ਼ਿਆਂ ਦੇ ਉੱਤੇ ਕਿਸਾਨ ਬੈਠਣੇ ਆ, ਸਾਰੇ ਫ੍ਰੀ ਕਰਨੇ ਆ, ਫਿਰ ਸਰਕਾਰ ਕਰ ਲਵੇ ਕੀ ਕਰਦੀ ਹੈ। ਬਿਲਕੁਲ, ਹੁਣ ਇਹ ਮਸਲਾ ਇਕੱਲੇ ਪੰਜਾਬ ਦਾ ਨਹੀਂ ਰਹਿਣਾ, ਜੇ ਸਰਕਾਰ ਕੁਝ ਕੁ ਦਿਨਾਂ ਦੇ ਵਿੱਚ ਹੱਲ ਕੱਢ ਦਿੰਦੀ ਹੈ ਤਾਂ ਫਿਰ ਸਰਕਾਰ ਚੰਗੀ ਰਹੇਗੀ, ਨਹੀਂ ਤਾਂ ਸਿੱਧੀ ਚੇਤਾਵਨੀ ਕਿਸਾਨਾਂ ਦੇ ਵੱਲੋਂ ਦੇ ਦਿੱਤੀ ਗਈ ਹੈ ਕਿ ਜੇਕਰ ਨਹੀਂ ਹੱਲ ਨਿਕਲਦਾ ਝੋਨਾ ਲੱਗ ਲੈਣ ਦਿਓ, ਸਾਰੇ ਕਿਸਾਨ ਪੰਜਾਬ ਦੇ ਸਾਰੇ ਟੋਲ ਪਲਾਜ਼ਿਆਂ 'ਤੇ ਬੈਠਣਗੇ ਅਤੇ ਫਿਰ ਸਾਰੇ ਟੋਲ ਪਲਾਜ਼ਿਆਂ ਦਾ ਇੱਕੋ ਜਿਹਾ ਰੇਟ ਕਰਾ ਕੇ ਉੱਠਣਗੇ। ਪਰ ਹੁਣ ਇਸ ਮਸਲੇ ਦਾ ਹੱਲ ਸਰਕਾਰ ਕਦੋਂ ਕੱਢਦੀ ਹੈ? ਕੀ ਵਾਕਿਆ ਸਰਕਾਰ ਜਲਦੀ ਹੱਲ ਕੱਢੇਗੀ ਇਸਦਾ, ਜਾਂ ਫਿਰ ਇਹ ਮਸਲਾ ਲੰਮਾ ਲਟਕੇਗਾ? ਜੇਕਰ ਲੰਮਾ ਲਟਕਦਾ ਤਾਂ ਫਿਰ ਕਿਸਾਨਾਂ ਦੇ ਕਹਿਣ ਮੁਤਾਬਕ ਕਿ ਸਾਰੇ ਪੰਜਾਬ ਦੇ ਟੋਲ ਪਲਾਜ਼ੇ ਬੰਦ ਹੋਣਗੇ, ਸੰਘਰਸ਼ ਹੋਰ ਰਾਹ ਪਏਗਾ। ਆਉਣ ਵਾਲੇ ਦਿਨਾਂ ਵਿੱਚ ਹੁੰਦਾ ਕੀ ਆ, ਇਸ ਦੇ ਉੱਤੇ ਨਜ਼ਰਾਂ ਬਣੀਆਂ ਰਹਿਣਗੀਆਂ, ਦੇਖਣ ਵਾਲੀ ਗੱਲ ਰਹੇਗੀ। ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ, ਪੰਜਾਬੀ ਲੋਕ ਚੈਨਲ।